7 ਜਨਵਰੀ 2023 ਨੂੰ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਸੰਗਤ ਇਕੱਠੀ ਹੋ ਕੇ ਮੋਹਾਲੀ ਵੱਲ ਆਈ ਸੀ ਤੇ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ YPS ਚੌਂਕ ਤੇ ਇੱਕ ਪੱਕਾ ਮੋਰਚਾ ਲੱਗਿਆ ਸੀ ਜਿਸ ਨੂੰ ਕੌਮੀ ਇਨਸਾਫ ਮੋਰਚਾ ਕਿਹਾ ਜਾਂਦਾ। ਅੱਜ ਉਸ ਮੋਰਚੇ ਦਾ 1 ਸਾਲ ਪੂਰਾ ਹੋ ਗਿਆ ਪਰ ਇਹ ਮੋਰਚਾ ਅਜੇ ਵੀ ਜਿਉਂ ਦਾ ਤਿਉਂ ਹੀ YPS ਚੌਂਕ ਦੇ ਉੱਤੇ ਲੱਗਿਆ ਹੋਇਆ ਮੋਹਾਲੀ ਚੰਡੀਗੜ੍ਹ ਦੀ ਸਰਹੱਦ ਦੇ ਉੱਤੇ। ਤੇ ਅੱਜ ਇਸ ਮੋਰਚੇ ਦੀ 1 ਸਾਲਾ ਵਰੇਗੰਢ ਜਿਹੜੀ ਹੈ ਉਹ ਮਨਾਈ ਜਾ ਰਹੀ ਹੈ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ ਸੀ। ਇਸ ਤੋਂ ਇਲਾਵਾ 328 ਪਾਵਨ ਸਰੂਪਾਂ ਦਾ ਇਨਸਾਫ ਤੇ ਬੇਅਦਵੀਆਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਉਸ ਮਾਮਲੇ 'ਚ ਇਨਸਾਫ ਨੂੰ ਲੈ ਕੇ ਇੱਥੇ ਬੈਠੀ ਸਿੱਖ ਸੰਗਤ ਜਿਹੜੀ ਹੈ ਉਹ ਇਨਸਾਫ ਦੀ ਮੰਗ ਕਰ ਰਹੀ ਹੈ। ਪੰਜਾਬ ਸਰਕਾਰ ਤੋਂ ਵੀ ਜਵਾਬ ਮੰਗ ਰਹੀ ਹੈ, ਨਾਲ ਦੀ ਨਾਲ ਕੇਂਦਰ ਸਰਕਾਰ ਤੋਂ ਵੀ। ਤੇ ਅੱਜ 1 ਸਾਲ ਪੂਰਾ ਹੋਣ ਤੇ ਸਮਾਗਮ ਕਰਵਾਇਆ ਜਾ ਰਿਹਾ। ਉਸਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਸੰਗਤ ਅੱਜ ਵੀ ਬੇਸ਼ੱਕ ਵਿੱਚ ਵਿਚਾਲੇ ਸੰਗਤ ਘੱਟੀ ਸੀ ਮੋਰਚੇ ਦੇ ਵਿੱਚ ਪਰ ਅੱਜ ਕਿਉਂਕਿ ਇਕੱਠ ਸੱਦਿਆ ਗਿਆ ਸੀ ਤੇ ਅੱਜ ਵੀ ਵੱਡੀ ਗਿਣਤੀ 'ਚ ਸੰਗਤ ਜਿਹੜੀ ਹੈ ਉਹ ਮੋਰਚੇ ਦੇ ਵਿੱਚ ਪਹੁੰਚ ਰਹੀ ਹੈ ਦੂਰ ਦੁਰਾਡੇ ਉਹ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ। ਹਾਲਾਂਕਿ ਜਿਹੜੇ ਪੱਕੇ ਤੌਰ 'ਤੇ ਇੱਥੇ ਪਹਿਲਾਂ ਸਿੱਖ ਸੰਗਤ ਬੈਠੀ ਸੀ ਉਹ ਉਸੇ ਤਰੀਕੇ ਬੈਠੀ ਸੀ ਦਿਨ ਦੇ ਵੇਲੇ ਵੀ ਤੇ ਰਾਤ ਦੇ ਵੇਲੇ ਵੀ, ਕੜਾਕੇ ਦੀ ਠੰਡ ਦੇ ਵਿੱਚ ਵੀ। ਹੁਣ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਮੋਹਾਲੀ ਦੇ ਵਿੱਚ ਵੀ 6 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਰਾਤ ਨੂੰ ਤੇ ਉਸ ਕੜਾਕੇ ਦੀ ਠੰਡ ਦੇ ਵਿੱਚ ਵੀ ਸੰਗਤ ਉਹ ਜਿਉਂ ਦੀ ਤਿਉਂ ਇਸੇ ਥਾਂ ਦੇ ਉੱਤੇ ਬੈਠੀ ਹੋਈ ਸੀ। ਤੇ ਅੱਜ 1 ਸਾਲ ਮੋਰਚੇ ਦਾ ਮਨਾਇਆ ਜਾ ਰਿਹਾ, ਇਸ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ। ਇਸ ਕਰਕੇ ਸੰਗਤ ਜਿਹੜੀ ਹੈ ਉਹ ਇੱਥੇ ਆਈ ਹੋਈ ਹੈ ਤੇ ਕੋਸ਼ਿਸ਼ ਕਰ ਰਹੀ ਹੈ ਕਿ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਤੇ ਦਬਾਅ ਜਿਹੜਾ ਉਹ ਬਣਾਇਆ ਜਾ ਸਕੇ। ਤੇ ਇਸ ਤੋਂ ਇਲਾਵਾ ਤੇ ਸੰਗਤ ਜਿਹੜੀ ਹੈ ਉਹ ਉੱਥੇ ਇਕੱਠੀ ਹੋਈ ਹੋਈ ਹੈ, ਇਸ ਕਰਕੇ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਸੰਗਤ ਇੱਥੇ ਹੈਗੀ ਹੈ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀਏ। ਸਾਡੇ ਨਾਲ ਇੰਦਰਵੀਰ ਸਿੰਘ ਜੀ ਨੇ ਜਿਹੜੇ ਲਗਾਤਾਰ ਮੋਰਚੇ ਦੇ ਵਿੱਚ ਸਰਗਰਮ ਰਹੇ ਨੇ। ਇੰਦਰਵੀਰ ਜੀ, 1 ਸਾਲ ਅੱਜ ਹੋਇਆ ਮੋਰਚੇ ਨੂੰ, ਅੱਜ ਸਮਾਗਮ ਕਰਵਾਇਆ ਜਾ ਰਿਹਾ, ਅੱਜ ਸੰਗਤ ਜਿਹੜੀ ਹੈ ਉਹ ਵੱਡੇ ਪੱਧਰ ਦੇ ਉੱਤੇ ਆ ਰਹੀ ਹੈ, ਹਜੇ ਵੀ ਜਥੇ ਜਿਹੜੇ ਨੇ ਉਹ ਆ ਰਹੇ ਨੇ, ਪਹਿਲਾਂ ਤਾਂ ਅੱਜ ਮੋਰਚੇ ਦੀ 1 ਸਾਲ ਪੂਰਾ ਹੋਣ 'ਤੇ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੌਮੀ ਇਨਸਾਫ ਮੋਰਚੇ ਦਾ ਲੱਗੇ ਨੂੰ 1 ਸਾਲ ਪੂਰਾ ਹੋ ਗਿਆ। ਅਸੀਂ ਇਸ ਸੰਬੰਧੀ ਸਾਰੀ ਸੰਗਤਾਂ ਦਾ, ਕਿਸਾਨ ਜਥੇਬੰਦੀਆਂ ਦਾ, ਧਾਰਮਿਕ ਜਥੇਬੰਦੀਆਂ ਦਾ, ਸਿਆਸੀ ਜਥੇਬੰਦੀਆਂ ਦਾ, ਸਮਾਜਿਕ ਜਥੇਬੰਦੀਆਂ ਦਾ, ਸਾਰੀ ਸੰਗਤ ਦਾ ਅਸੀਂ ਕੋਟ ਕੋਟ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ, ਅੱਜ ਤੱਕ ਸਹਿਯੋਗ ਦੇ ਰਹੇ ਹਨ। ਤੁਸੀਂ ਅੱਜ ਵੀ ਦੇਖ ਲਓ ਸੰਗਤਾਂ ਦਾ ਠਾਠਾ ਮਾਰਾ ਸਮੁੰਦਰ ਇੱਥੇ ਪਹੁੰਚਿਆ ਸਾਡੀ ਇੱਕ ਕਾਲ 'ਤੇ। ਅਸੀਂ ਜਦੋਂ ਵੀ ਇੱਕ ਕਾਲ ਦਿੰਦੇ ਹਾਂ, ਛੋਟੀ ਕਾਲ ਦਈਏ, ਵੱਡੀ ਕਾਲ ਦਈਏ, ਅਸੀਂ ਜਦ ਮੀਡੀਆ ਰਾਹੀਂ ਸੁਨੇਹਾ ਭੇਜ ਸੰਗਤਾਂ ਨੂੰ, ਸੰਗਤਾਂ ਸਾਡੇ ਨਾਲ ਖੜ੍ਹਦੀਆਂ ਅਤੇ ਸੰਗਤਾਂ ਦ੍ਰਿੜ ਹਨ ਆਪਣੇ ਹੱਕ ਲੈਣ ਵਾਸਤੇ, ਆਪਣੀ ਮੰਗਾਂ ਮੰਗਾਉਣ ਵਾਸਤੇ। ਤਾਂ ਸਰਕਾਰ ਨੂੰ ਦੇਖ ਲੈਣਾ ਚਾਹੀਦਾ ਹੈ ਵੀ ਇਹ ਸੰਗਤਾਂ ਅੜੀਆਂ ਹੋਈਆਂ ਹਨ, ਇਹਨਾਂ ਨੇ ਹੱਕ ਲੈ ਕੇ ਜਾਣਾ। ਅੱਜ ਭਾਵੇਂ 1 ਸਾਲ ਹੋਇਆ, ਭਾਵੇਂ 6 ਮਹੀਨੇ ਹੋਰ ਲੱਗ ਜਾਣ, ਭਾਵੇਂ 1 ਸਾਲ ਹੋਰ ਲੱਗ ਜਾਏ, 2 ਸਾਲ ਹੋਰ ਲੱਗ ਜਾਣ, ਜਦ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ, ਸਾਡੇ ਬੰਦੀ ਸਿੰਘ ਬਾਹਰ ਨਹੀਂ ਆਉਂਦੇ, ਸੰਗਤਾਂ ਇਸੇ ਤਰ੍ਹਾਂ ਬੈਠੇ ਰਹਿਣਗੀਆਂ, ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਿਣਗੀਆਂ ਅਤੇ ਇਸੇ ਤਰ੍ਹਾਂ ਸਰਕਾਰ ਦੇ ਵਿਰੁੱਧ ਬੋਲਦੀਆਂ ਰਹਿਣਗੀਆਂ ਅਤੇ ਕੰਮ ਕਰਦੀਆਂ ਰਹਿਣਗੀਆਂ ਜੀ। ਅੱਜ ਕੋਈ ਖਾਸ ਰਣਨੀਤੀ ਜਿਹੜੀ ਆ ਉਹ ਵੀ ਉਲੀਕੀ ਜਾਊਗੀ ਕਿਉਂਕਿ 1 ਸਾਲ ਹੋਇਆ, ਇਸ ਦੇ ਵਿੱਚ ਕਿੰਨਾ ਕੁ ਅਸਰ ਜਿਹੜਾ ਦਿਖਿਆ, ਉਸ ਤੋਂ ਬਾਅਦ ਨਵੀਂ ਰਣਨੀਤੀ ਕੋਈ ਉਲੀਕੀ ਜਾਏਗੀ ਤਾਂ ਜੋ ਇੱਥੋਂ ਜਿਹੜੀ ਮੰਗ ਹੈ ਉਹ ਕੇਂਦਰ ਸਰਕਾਰ ਤੱਕ ਪਹੁੰਚ ਸਕੇ? ਬਿਲਕੁਲ ਜੀ ਬਿਲਕੁਲ, ਅੱਜ ਤਕਰੀਬਨ ਹੁਣ ਘੰਟੇ ਕੁ ਬਾਅਦ ਅਸੀਂ ਸਾਡੇ ਪਾਲ ਸਿੰਘ ਕਨਵੀਨਰ ਹੈ ਜੀ, ਉਹਨਾਂ ਨੇ ਕੋਈ ਵੱਡੀ ਅਨਾਊਂਸਮੈਂਟ ਕਰਨੀ ਹੈ ਤਾਂ ਉਹ ਵੀ ਸੰਗਤਾਂ ਨੂੰ ਦੱਸਿਆ ਜਾਏਗਾ।
ਵੀ ਅਗਲੀ ਰਣਨੀਤੀ ਕੀ ਹੋਏਗਾ, ਸੰਘਰਸ਼ ਕੀ ਹੋਏਗਾ, ਅੱਗੇ ਕੀ ਕਰਨਾ ਹੈ ਤੇ ਸਰਕਾਰ ਨੂੰ ਅਸੀਂ ਕਿਵੇਂ ਕਾਬੂ ਕਰਨਾ ਹੈ, ਸਰਕਾਰ ਤੋਂ ਕਿਵੇਂ ਮੰਗਾਂ ਮਨਾਉਣੀਆਂ, ਉਹ ਅਸੀਂ ਤਕਰੀਬਨ ਘੰਟੇ ਬਾਅਦ ਅਨਾਊਂਸਮੈਂਟ ਇੱਥੇ ਹੋਏਗੀ ਜੀ। ਠੀਕ ਹੈ, ਤੇ ਇਸ ਤੋਂ ਇਲਾਵਾ ਕਿਉਂਕਿ ਪੰਜਾਬ ਸਰਕਾਰ ਦੇ ਕੋਲੋਂ ਵੀ ਤੁਸੀਂ ਮੰਗ ਕਰ ਰਹੇ ਹੋ, ਪੰਜਾਬ ਸਰਕਾਰ ਦੇ ਮੰਤਰੀਆਂ ਨੇ 3 ਵਾਰ ਮੁਲਾਕਾਤ ਕੀਤੀ ਹੈ, ਗੱਲਬਾਤ ਉਹਨਾਂ ਨਾਲ ਹੋਈ ਹੈ, ਉਸ ਤੋਂ ਬਾਅਦ ਕਿੰਨਾ ਕੁ ਅਸਰ ਜਿਹੜਾ ਪੰਜਾਬ ਸਰਕਾਰ ਤੁਹਾਡੇ ਨਾਲ ਕੋਪਰੇਟ ਕਰਕੇ ਚੱਲ ਰਹੀ ਹੈ, ਜਾਂ ਫਿਰ ਬੰਦੀ ਸਿੰਘਾਂ ਦੀ ਰਿਹਾਈ, ਕਿਉਂਕਿ ਪੰਜਾਬ ਦਾ ਮਸਲਾ ਹੈ ਤਾਂ ਪੰਜਾਬ ਦਾ ਮਸਲਾ ਤੇ ਪੰਜਾਬ ਸਰਕਾਰ ਦਾ ਵਿੱਚ ਹੋਣਾ ਲਾਜ਼ਮੀ ਹੈ, ਉਹ ਸਰਕਾਰ ਦੇ ਵੱਲੋਂ ਕਿਵੇਂ ਦਾ ਕੋਪਰੇਸ਼ਨ ਮਿਲ ਰਿਹਾ? ਦੇਖੋ, ਜਿਹੜਾ ਹਿਸਾਬ ਨਾਲ ਕੋਪਰੇਸ਼ਨ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲ ਰਿਹਾ, ਮਿਲਿਆ ਪਰ ਘੱਟ ਮਿਲਿਆ। ਜਿਹੜੇ ਹਿਸਾਬ ਨਾਲ ਕੰਮ ਕਰਨਾ ਚਾਹੀਦਾ ਉਹ ਹਿਸਾਬ ਨਾਲ ਕੰਮ ਨਹੀਂ ਕੀਤਾ, ਜੇ ਹਿਸਾਬ ਨਾਲ ਜਿਹੜੇ ਕੰਮ ਹੋਣੇ ਚਾਹੀਦੇ ਹਨ ਫਾਸਟ ਹੋਣੇ ਚਾਹੀਦੇ ਹਨ। ਦੇਖੋ, ਜੇ ਕੰਮ ਕਰਨ ਦੀ ਨੀਅਤ ਹੋਵੇ, ਇਹੀ ਕੇਜਰੀਵਾਲ ਹੈ, ਅਸੀਂ ਸੁਣਦੇ ਹੁੰਦੇ ਸੀ ਕੰਮ ਕਰਨੇ ਕਿ ਨੀਅਤ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਅੱਜ ਸਾਨੂੰ ਇਹਦੀ ਨੀਅਤ ਖੋਟ ਲੱਗਦੀ, ਸਾਨੂੰ ਉਹ ਨੀਅਤ ਪੂਰੀ ਸਾਹਮ ਨਹੀਂ ਹੈਗੀ, ਕੁਛ ਘੱਟ ਹੈ, ਬਹੁਤ ਘੱਟ ਹੈ ਅਸੀਂ ਕਹਿੰਦੇ ਜ਼ਿਆਦਾ। ਜੇ ਨੀਅਤ ਹੁੰਦੀ ਕੰਮ ਕਰਨਾ ਹੋਵੇ ਤਾਂ ਅੱਜ ਇਹ ਮੋਰਚਾ ਸਾਡਾ ਫਤਿਹ ਹੋਇਆ ਹੁੰਦਾ। ਅਤੇ ਅਸੀਂ ਸਰਕਾਰ, ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਵੀ ਹਾਲੇ ਹੀ ਆਪਣੀ ਨੀਅਤਾਂ ਠੀਕ ਕਰ ਲਓ, ਆਪਣੇ ਇਰਾਦੇ ਠੀਕ ਕਰੋ, ਇਹ ਤੁਹਾਨੂੰ ਨੁਕਸਾਨ ਦੇਣਗੇ, ਅਗਰ ਤੁਹਾਡਾ ਇਲੈਕਸ਼ਨ ਵੀ ਆ ਰਿਹਾ ਅਤੇ ਇਹ ਤੁਹਾਡੇ ਵਿਰੁੱਧ ਜਾਏਗਾ, ਫਿਰ ਨਾ ਕਿ ਕੀ ਹੋ ਗਿਆ। ਠੀਕ ਹੈ, ਹੋਰ ਵੀ ਸੰਗਤ ਸਾਡੇ ਨਾਲ, ਬਾਬਾ ਜੀ ਤੁਸੀਂ ਕੀ ਕਹਿਣਾ ਚਾਹੋਗੇ, ਕਿੱਥੋਂ ਆਏ ਹੋ ਤੁਸੀਂ ਮੋਰਚੇ ਦੇ ਵਿੱਚ ਸ਼ਾਮਿਲ ਹੋਣ ਲਈ? ਮੈਂ ਵੈਸੇ ਤਾਂ ਇੱਥੋਂ ਹੀ ਹਾਂ, ਗੁਰਨਾਮ ਸਿੰਘ ਸਿੱਧੂ, ਵੈਸੇ ਮੇਰਾ ਫਰੀਦ ਮੁਕਤਸਰ 'ਚ ਹੈ, ਪਰ ਇੱਥੇ ਹੀ ਹੈ ਜੋ ਮੋਰਚਾ ਲੱਗਿਆ ਸ਼ੁਰੂ ਤੋਂ, ਪਹਿਲੇ ਦਿਨ ਤੋਂ ਇੱਥੇ ਹੋ। ਹਾਂਜੀ, ਕਿਵੇਂ ਇੱਕ ਸਾਲ ਦਾ ਪੂਰਾ ਜਿਹੜਾ ਐਕਸਪੀਰੀਅੰਸ ਰਿਹਾ ਉਹ ਤੁਹਾਡਾ ਕਿਵੇਂ ਰਿਹਾ, ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੱਡੇ ਪੱਧਰ 'ਤੇ ਹੋਰ ਪਾਸੇ ਵੀ ਮੰਗਾਂ ਚੱਲ ਰਹੀਆਂ, ਪਰ ਇਹ ਕੌਮੀ ਇਨਸਾਫ ਮੋਰਚਾ ਜਦੋਂ ਲੱਗਿਆ ਤਾਂ ਆਵਾਜ਼ ਜਿਹੜੀ ਹੈ ਉਹ ਦੇਸ਼ ਵਿਦੇਸ਼ ਤੱਕ ਪਹੁੰਚੀ ਕਿ ਪੰਜਾਬ ਦੇ ਵਿੱਚ ਕਿਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੰਗ ਉੱਠ ਰਹੀ ਹੈ, ਤੁਹਾਡਾ ਐਕਸਪੀਰੀਅੰਸ ਜਿਹੜਾ ਉਹ ਕਿਵੇਂ ਦਾ ਰਿਹਾ? ਅਸਲ 'ਚ ਇਹ ਜਿਹੜਾ ਹਿੰਦੁਸਤਾਨ ਦੀ ਸਰਕਾਰ ਹੈ, ਹਿੰਦੁਸਤਾਨ ਦੀ ਸਰਕਾਰ ਹੈ, ਕਿਰਤ ਕਾਣਾ ਇਸ ਮੁਲਕ ਦੀ ਆਜ਼ਾਦੀ ਲਈ ਸਿੱਖਾਂ ਨੇ, ਪੰਜਾਬ ਨੇ 85% ਸ਼ਹੀਦੀਆਂ ਪਾਈਆਂ, 85% ਸਾਰਾ ਹਿੰਦੁਸਤਾਨ ਮਿਲ ਕੇ 15%, ਜਿੰਨੀਆਂ ਲੜਾਈਆਂ ਲੜੀਆਂ, ਭੁੱਖਿਆਂ ਨੂੰ ਆਨੇ ਦਾ ਢਿੱਡ ਭਰਿਆ, ਭੁੱਖੇ ਮਰਦੇ ਸੀ ਇਹ ਕਿਸਾਨ ਨੇ ਢਿੱਡ ਭਰਿਆ, ਉਹ ਕਿਸਾਨ ਅੱਜ ਜੇਲ੍ਹਾਂ 'ਚ ਬੈਠਾ। ਸੋ ਇਹ ਕਿਰਤ ਕਣ ਕੌਮ ਹੈ, ਜਿਹੜੇ ਰਾਜ ਕਰਦੇ ਆ ਜਾਂ ਜਿਹੜੇ ਦੂਜੇ ਹੈ, ਇਹਨਾਂ ਨੂੰ ਸਿੱਖਾਂ ਦੀ ਕਦਰ ਭੁੱਲੀ ਹੈ, ਪਰ ਇਹ ਪਛਤਾਉਣਗੇ, ਸਮਾਂ ਇਹੋ ਜਿਹਾ ਅੱਗੇ ਆ ਰਿਹਾ, ਇਹਨਾਂ ਦੀ ਬਾਂਹ ਨਹੀਂ ਫੜਨੀ ਕਿਸੇ ਨੇ, ਔਰ ਇਹਨਾਂ ਦੀਆਂ ਧੂਈਆਂ ਨੂੰਹਾਂ ਭੈਣਾਂ ਬਾਹਰਲੇ ਲੈ ਜਾਂਦੇ ਸੀ, ਸਿੱਖ ਛਡਾਉਂਦੇ ਰਹੇ, ਲਿਆ ਕੇ ਲਿਆਉਂਦੇ ਰਹੇ, ਛਡਾ ਕੇ ਘਰੇ ਪਹੁੰਚਾਉਣਾ, ਸਿੱਖਾਂ ਦਾ ਕਿਰਦਾਰ ਹੈ, ਸਿੱਖ ਕੌਮ ਇਹ ਗੁਰੂ ਦੀ ਫੌਜ ਹੈ, ਉਹਦਾ ਕਿਰਦਾਰ ਆ, ਉਹ ਕਿਸੇ ਦਾ ਬੁਰਾ ਨਹੀਂ ਚਾਹੁੰਦੇ, ਪਰ ਇਹ ਕਿਰਤ ਕਣ ਕੌਮ ਹੈ ਜਿਹੜਾ ਕੀਤੇ ਦਾ, ਪਰਉਪਕਾਰ ਕੀਤੇ ਦਾ ਗੁਣ ਨਹੀਂ ਜਾਣਦੇ। ਸਿੱਖਾਂ ਨੇ ਹੁਣ ਤੱਕ ਹਰ ਪਾਸੇ ਵੇਖੋ, ਇੱਥੇ ਲੋਕ ਭੁੱਖੇ ਸੀ, ਅੰਨ ਤੋਂ ਅੰਨ ਵਾਧੂ ਕਰਤਾ, ਹੁਣ ਅੰਨ ਸਾਂਭਿਆ ਨਹੀਂ ਜਾਂਦਾ, ਇੰਨਾ ਕਿਸਾਨ ਨੇ ਅੰਬ ਕੀਤਾ, ਬਾਰਡਰ ਸਾਡੇ ਨਾਲ ਪਾਕਿਸਤਾਨ ਦਾ, ਦੂਜੇ ਪਾਸੇ ਬਾਰਡਰ ਲੱਗਦੇ ਹੈ, ਚਾਈਨਾ ਤਾਂ ਜੇ ਸਿੱਖ ਨਾ ਹੋਣ ਤਾਂ ਚਾਈਨਾ ਹੁਣ ਤੱਕ ਆਇਆ ਖੜਾ ਇੱਥੇ। ਸੋ ਇਹ ਬੇਨਤੀ ਹੈ ਕੇਂਦਰ ਸਰਕਾਰ ਨੂੰ ਅਤੇ ਪੰਜਾਬ ਸਰਕਾਰ ਨੂੰ ਕਿ ਇਹ ਆਪਣੀ ਅਸਲੀਅਤ ਨੂੰ ਪਛਾਣਨ, ਸਿੱਖਾਂ ਦੇ ਬੱਚਿਆਂ ਨੂੰ 30-30 ਸਾਲ ਹੋ ਗਏ ਜੇਲ੍ਹਾਂ 'ਚ ਬੈਠਿਆਂ ਨੂੰ। ਅਮਿਤ ਸ਼ਾਹ ਕਹਿੰਦੇ ਆ, ਅਮਿਤ ਸ਼ਾਹ ਨੇ ਲੋਕ ਸਭਾ ਦੇ ਵਿੱਚ ਇਹ ਬਿਆਨ ਦਿੱਤਾ ਕਿ ਜਿਨ੍ਹਾਂ ਨੂੰ ਆਪਣੇ ਕੀਤੇ ਦਾ ਪਛਤਾਵਾ ਨਹੀਂ ਉਹਨਾਂ ਨੂੰ ਰਿਹਾਈ ਕਿਵੇਂ ਦਿੱਤੀ ਜਾ ਸਕਦੀ ਹੈ? ਪਛਤਾਵਾ ਤਾਂ ਹੋਵੇ ਜੇ ਇਹ ਕਹਿੰਦੇ ਤਰਲੇ ਕੱਢੋ, ਸਾਡੇ ਪੈਰੀਂ ਹੱਥ ਲਾਓ, ਸਿੱਖ ਕਦੇ ਪੈਰੀਂ ਹੱਥ ਨਹੀਂ ਲਾਉਂਦਾ, ਕਦੇ ਤਰਲੇ ਨਹੀਂ ਕੱਢਦਾ, ਸਿੱਖ ਨੇ ਗੁਰੂ ਦਾ ਭਾਣਾ ਮੰਨਣਾ, ਅਸੀਂ ਚਾਹੁੰਦੇ ਸਾਡਾ ਦਾਣਾ ਪਾਣੀ ਉੱਥੇ, ਕੋਈ ਗੱਲ ਨਹੀਂ,
ਇਹ ਮਿੰਤਾਂ ਤਰਲੇ ਰੋਣ ਜਾਣਦੇ ਆ, ਪੈਰੀਂ ਹੱਥ ਲਾਉਣ ਜਾਣਦੇ, ਇਹਨਾਂ ਦਾ ਹਮੇਸ਼ਾ ਪਿਛੜਾ ਕਿਰਦਾਰ ਇਹਨਾਂ ਦਾ, ਪਰ ਸਿੱਖ ਕਦੇ ਇਸ ਤਰ੍ਹਾਂ ਨਹੀਂ ਕਰੂਗਾ। ਸਿੱਖ ਗੁਰੂ ਦਾ ਸਿੱਖ ਹੈ, ਗੁਰੂ ਨੂੰ ਤਾਂ ਬੇਨਤੀ ਕਰਦਾ ਸਿੱਖ ਹਮੇਸ਼ਾ, ਪਰ ਇਹ ਨਹੀਂ ਵੀ ਦੂਜੇ ਪੈਰੀਂ ਹੱਥ ਲਾਵੇ ਜਾ ਕੇ। ਸੋ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਤੁਸੀਂ ਕੀਤੇ ਪੁਕਾਰਾਂ ਨੂੰ ਭੁੱਲੋ ਨਾ, ਕਿਸੇ ਦਿਨ ਮਾੜਾ ਆਊਗਾ ਤੁਹਾਨੂੰ ਸੁਰਤ ਨਹੀਂ ਮਿਲਣੀ। ਹੋਰ ਵੀ ਸੰਗਤ ਸਾਡੇ ਨਾਲ ਹੈ। ਬਾਬਾ ਜੀ ਤੁਸੀਂ ਕਿੱਥੋਂ ਆਏ ਹੋ ਇੱਥੇ ਸ਼ਾਮਿਲ ਹੋਣ ਲਈ ਮੋਰਚੇ ਦੇ ਵਿੱਚ? ਲੋਕਲ ਚੰਡੀਗੜ੍ਹ ਤੋਂ ਆਏ ਹਾਂ ਜੀ। ਅੱਛਾ, ਚੰਡੀਗੜ੍ਹ ਵਾਲਿਆਂ ਨੇ ਤਾਂ ਪਟੀਸ਼ਨ ਪਾਈ ਸੀ ਵੀ ਆਉਣ ਜਾਣ 'ਚ ਸਾਨੂੰ ਪ੍ਰੋਬਲਮ ਹੁੰਦੀ ਹੈ, ਹਾਈ ਕੋਰਟ ਤੱਕ ਮਸਲਾ ਪਹੁੰਚਿਆ ਸੀ, ਅਤੇ ਉਹ ਫਿਰ ਤੁਸੀਂ ਚੰਡੀਗੜ੍ਹ ਤੋਂ ਖਾਸ ਇੱਥੇ ਮੋਰਚੇ 'ਚ ਸ਼ਾਮਿਲ ਹੋਣ ਲਈ ਆ ਰਹੇ ਹੋ? ਇਹ ਸਾਡੀ ਸ਼ਰਧਾ ਵਾ, ਇਹ ਮੋਰਚੇ 'ਚ ਆਏ ਹਾਂ। ਕੁਛ ਬੰਦਿਆਂ ਦੀ ਇਹ ਵਿਚਾਰ ਹੈਗੇ ਆ ਵੀ ਪ੍ਰੋਬਲਮ ਆਉਂਦੀ ਹੈ, ਕੋਈ ਪ੍ਰੋਬਲਮ ਵਾਲੀ ਕੋਈ ਗੱਲ ਨਹੀਂ ਆ, ਵਨ ਵੇ ਚੱਲ ਰਿਹਾ, ਲੋਕ ਆਰਾਮ ਨਾਲ ਚੱਲ ਰਹੇ ਆ, ਕੋਈ ਪ੍ਰੋਬਲਮ ਨਹੀਂ ਇਹੋ ਜਿਹੀ। ਤੁਸੀਂ ਕਦੋਂ ਤੋਂ ਮੋਰਚੇ 'ਚ ਆ ਰਹੇ ਹੋ? ਇਹ ਪਹਿਲਾਂ ਵੀ ਚੱਲਦਾ ਸੀ, ਐਵੇਂ ਬਹਾਨਾ ਸੀ ਇਹਨਾਂ ਦਾ, ਕਿਸੇ ਨੂੰ ਰੋਕਿਆ ਨਹੀਂ ਸੀ। ਵੈਸੇ ਹੀ ਲੋਕ ਨਹੀਂ ਡਰਦੇ ਆਉਂਦੇ, ਅਸੀਂ ਤਾਂ ਸਾਡੇ ਐਕਸਾਈਜ਼ 'ਤੇ ਬੈਠੇ ਹਾਂ, ਹੁਣ ਵੀ ਅਸੀਂ ਕੋਈ ਰੋਕਿਆ ਨਹੀਂ ਸੀ, ਹੁਣ ਖੋਲ੍ਹਿਆ ਇਹਨਾਂ ਨੇ, ਆਪਣੇ ਆਪ ਖੋਲ੍ਹਤਾ। ਇਹ ਸਰਕਾਰ ਦਾ ਐਵੇਂ ਬਹਾਨਾ ਸੀ ਵੀ ਰਾਹ ਰੋਕਿਆ। ਤੁਸੀਂ ਕਦੋਂ ਤੋਂ ਆ ਰਹੇ ਹੋ ਮੋਰਚੇ 'ਚ? ਅਸੀਂ ਪਿਛਲੇ 7 ਜਨਵਰੀ ਤੋਂ ਆ ਰਹੇ ਹਾਂ, ਲਗਾਤਾਰ ਕੰਟੀਨਿਊ ਆ ਰਹੇ ਹਾਂ। ਇੱਕ ਸਾਲ ਤੋਂ? ਇੱਕ ਸਾਲ ਤੋਂ ਆ ਰਹੇ, ਕੋਈ ਮੁਸ਼ਕਲ ਨਹੀਂ ਇੱਥੇ ਆਈ ਸਾਨੂੰ, ਕਿ ਜੇ ਰੁਕਾਵਟਾਂ ਸਰਕਾਰ ਵੱਲੋਂ ਰੁਕਾਵਟਾਂ, ਲੇਕਿਨ ਮੋਰਚੇ ਵਾਲੇ ਕੋਈ ਰੁਕਾਵਟ ਨਹੀਂ ਇਹਦੇ ਵਿੱਚ। ਤੁਸੀਂ ਇੱਧਰ ਆ, ਇੱਥੇ ਸਾਹਮਣੇ ਆ ਕੇ ਜੇਕਰ ਗੱਲ ਕਰ ਸਕੋ ਤਾਂ ਇੱਕ ਚੀਜ਼ ਮੈਂ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਤੁਸੀਂ ਬਹੁਤ ਲੰਮਾ ਸਮਾਂ ਵੇਖਿਆ, ਤੁਸੀਂ ਜ਼ਿੰਦਗੀ ਵੇਖਿਆ, ਤੁਹਾਨੂੰ ਹਰ ਤਰ੍ਹਾਂ ਦਾ ਤਜਰਬਾ। ਸੌਖੀ ਭਾਸ਼ਾ 'ਚ ਜੇ ਤੁਸੀਂ ਸਮਝਾਉਣਾ ਚਾਹੋ ਕਿ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਜ਼ਰੂਰੀ ਹੈ, ਕਿਉਂ ਇਹ ਮੋਰਚਾ ਲੱਗਿਆ ਹੋਇਆ, ਕਿਉਂ ਸਿੱਖ ਡਿਮਾਂਡ ਕਰ ਰਹੇ ਨੇ ਕਿ ਬੰਦੀ ਸਿੰਘ ਰਿਹਾਅ ਕੀਤੇ ਜਾਣ? ਇਹ ਸਰਕਾਰਾਂ ਦਾ ਫੇਲੀਅਰ ਆ, ਸਰਕਾਰਾਂ ਨੇ ਇਹ ਚਾਹੁੰਦੀਆਂ ਵੀ ਇਹ ਬੰਦੀ ਸਿੰਘ ਜਿਹੜੇ ਆ ਬਾਹਰ ਹੋਣ, ਸਾਡੇ ਕੁਛ ਹੀ ਲੋਕ ਜਿਹੜੇ ਆ ਇਹਦਾ ਵਿਰੋਧ ਕਰ ਰਹੇ ਆ, ਲੇਕਿਨ ਉਹਨਾਂ ਨੇ ਹਿੰਦੁਸਤਾਨ ਦੇ ਕਾਨੂੰਨ ਦੇ ਮੁਤਾਬਕ ਆਪਣੀ ਸਜ਼ਾ ਪੂਰੀਆਂ ਕਰ ਚੁੱਕੇ ਆ, ਅਤੇ ਉਹਨਾਂ ਦਾ ਅਧਿਕਾਰ ਆ ਕਿ ਜਿਸ ਬੰਦਾ ਜਿਹੜਾ ਆਪਣੀ ਸਜ਼ਾ ਪੂਰੀ ਕਰ ਚੁੱਕਾ ਵਾ ਉਹਨੂੰ ਵਾਪਸ ਜਿਹੜਾ ਵਾ ਆਜ਼ਾਦੀ ਚਾਹੀਦੀ ਆ। ਅਸੀਂ ਉਹਨਾਂ ਦੀ ਆਜ਼ਾਦੀ ਵਾਸਤੇ, ਉਹਨਾਂ ਦੀ ਰਿਹਾਈ ਵਾਸਤੇ ਮੰਗ ਕਰ ਰਹੇ ਹਾਂ ਕਿ ਜੇ ਬਾਕੀਆਂ ਦੀ ਇਹ ਕਾਨੂੰਨ ਲਾਗੂ ਹੋਇਆ ਸਾਰੇ ਹਿੰਦੁਸਤਾਨ ਦੇ ਵਿੱਚ, ਤੇ ਇਹਨਾਂ ਬੰਦੀਆਂ ਸਿੰਘਾਂ ਤੇ ਕਿਉਂ ਨਹੀਂ ਲਾਗੂ ਹੋ ਰਿਹਾ? ਇੱਕ ਚੀਜ਼ ਹੋਰ ਕਿ ਹਰ ਕੋਈ ਜਿਹੜੇ ਸਿੱਖ ਚਿੰਤਕ ਨੇ ਉਹ ਇਹ ਕਹਿੰਦੇ ਨੇ ਕਿ ਜੇ ਬੰਦੀ ਸਿੰਘਾਂ ਦੀ ਰਿਹਾਈ ਸਾਨੂੰ ਚਾਹੀਦੀ ਆ ਤਾਂ ਸਿੱਖਾਂ ਨੂੰ ਇਕੱਠੇ ਹੋਣਾ ਪੈਣਾ। ਅੱਜ ਚੰਡੀ ਮੋਹਾਲੀ ਦੇ ਵਿੱਚ ਏਡਾ ਵੱਡਾ ਮੋਰਚਾ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਪਰ ਅੰਮ੍ਰਿਤਸਰੋਂ ਜਿੱਥੇ SGPC ਹੈ, ਜਿੱਥੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ, ਇੱਕ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਨੇ, ਉੱਥੋਂ ਕੋਈ ਵੀ ਇਸ ਮੋਰਚੇ ਤੱਕ ਨਹੀਂ ਪਹੁੰਚਿਆ, ਇਹ ਪਾੜਾ ਕਿਉਂ ਨਹੀਂ ਖਤਮ ਹੋ ਰਿਹਾ? ਪਹੁੰਚੇ ਸਾਰੇ, ਲਗਭਗ ਸਾਰੇ ਆਏ ਹੋਏ ਆ, ਕੁਛ ਦੂਰ ਕਰਕੇ, ਕੁਛ ਮੌਸਮ ਦੀ ਖਰਾਬੀ ਕਰਕੇ ਨਹੀਂ ਪਹੁੰਚ ਸਕੇ, ਲੇਕਿਨ ਆਲਮੋਸਟ ਜਿਹੜੇ ਸਾਰੀ ਆ ਸੰਗਤ ਜਿਹੜੀ ਸਾਰੀ ਇਕੱਠੀ ਆ, ਸਾਰੇ ਮੋਢਾ ਦਾ ਮੋਢਾ ਲਾ ਕੇ ਚੱਲ ਰਹੇ ਨੇ, ਕੋਈ ਇਹੋ ਜਿਹਾ ਵਖਰੇਵਾ ਨਹੀਂ। ਸਾਡੇ ਨਾਲ ਮਾਤਾ ਜੀ ਵੀ ਨੇ। ਮਾਤਾ ਜੀ ਤੁਸੀਂ ਕਿੱਥੋਂ ਆਏ ਹੋ? ਮੈਂ ਬੇਟਾ ਫੇਸ 11 ਮੋਹਾਲੀ ਚੋਂ ਆਈ ਹਾਂ। ਅੱਛਾ ਜੀ, ਤੁਸੀਂ ਇੱਥੇ ਰੋਜ਼ ਆਉਂਦੇ ਹੋ? ਮੈਂ ਜੀ ਸਾਲ ਹੋ ਗਿਆ ਮੈਨੂੰ ਆਈ ਨੂੰ, ਜਿੱਦਣ ਦਾ ਮੋਰਚਾ ਲੱਗਿਆ। ਤੁਸੀਂ ਕਿਉਂ ਰੋਜ਼ ਆਉਂਦੇ ਹੋ ਇੱਥੇ ਮੋਰਚੇ 'ਚ? ਅਸੀਂ ਉਹਨਾਂ ਦਾ ਸਾਥ ਦੇਣਾ, ਉਹਨਾਂ ਨੇ ਐਡਾ ਵੱਡੀ ਕੁਰਬਾਨੀਆਂ ਕਰੀਆਂ, ਸੰਘਰਸ਼ ਕਰਿਆ, ਉਹਨਾਂ ਨੂੰ ਦੋਹਰੀਆਂ ਸਜਾਵਾਂ ਭੁਗਤ ਰਹੇ ਆ, ਉਹ ਵੀ ਕਿਸੇ ਦੇ ਬੱਚੇ ਆ। ਰਾਮ ਰਹੀਮ ਵਰਗੇ ਨੂੰ 8 ਵਾਰੀ ਪਰੋਲ ਦੇਤੀ, ਤਾਂ ਇਹਨਾਂ ਨੂੰ ਕਿਉਂ ਨਹੀਂ ਇਹਨਾਂ ਦੀ ਸਜਾਵਾਂ ਮਾਫ਼ ਕਰ ਸਕਦੇ? ਇਹਨਾਂ ਦੀਆਂ ਸਜਾਵਾਂ ਮਾਫ਼ ਕਰਨੀਆਂ ਚਾਹੀਦੀਆਂ। ਹਾਂਜੀ, ਅਤੇ ਇਸ ਕਰਕੇ ਮੈਂ ਰੋਜ਼ ਆਉਂਦੀ ਹਾਂ। ਮੇਰੀ ਜ਼ਿੰਦਗੀ ਲੱਗ ਜੇ, ਮੈਂ ਜਿੰਨਾ ਚਿਰ ਹੈਗੀ ਹਾਂ ਉਨਾ ਚਿਰ ਮੈਂ ਇੱਧਰ ਆਵਾਂਗੀ। ਹਾਂਜੀ, ਅਸੀਂ ਇਹੀ ਅੱਛਾ
ਇੱਕ ਅਮਿਤ ਸ਼ਾਹ ਦਾ ਬੰਦਾ ਕੱਲ੍ਹ ਸਟੇਜ 'ਤੇ ਟੀ ਵੀ 'ਤੇ ਬੋਲ ਰਿਹਾ ਸੀ, ਕਹਿੰਦਾ ਇਹ ਸੁਰੰਗਾਂ ਪੱਟ ਕੇ ਚਲੇ ਗਏ ਬਾਹਰ, ਇਹਨਾਂ ਨੂੰ ਹੜ ਤਿਹਾੜ ਜੇਲ੍ਹ 'ਚ ਭੇਜੋ। ਮੈਂ ਕਿਹਾ ਤੇਰੇ ਕੋਲ ਮੈਂ ਹੁੰਦੀ ਨਾ, ਮੈਂ ਕਹਿੰਦੀ ਕੁੱਤਿਆ ਇੱਧਰ ਆ, ਤੇਰੇ ਬੱਚਿਆਂ ਨੂੰ ਤੈਨੂੰ ਤਿਹਾੜ ਜੇਲ੍ਹ 'ਚ ਮੈਂ ਭੇਜੂ, ਤੂੰ ਚੱਲ, ਕਿਉਂ ਨਾ ਕੱਪੜੇ ਪਾੜ ਕੇ ਤੇਰੇ ਸਾਹਮਣੇ ਆਉਣਾ ਪਵੇ। ਮੈਂ ਕਿਹਾ ਤੂੰ ਮੈਨੂੰ ਬੇਸ਼ੱਕ ਮਾਰਦੀ, ਮੈਨੂੰ ਇੰਨਾ ਗੁੱਸਾ ਚੜਿਆ, ਇੰਨਾ ਗੁੱਸਾ ਚੜਿਆ ਹੈਂਜੀ, ਵੀ ਮਤਲਬ ਤੁਸੀਂ ਕਿਉਂ ਬੋਲਦੇ ਹੋ, ਕਿਉਂ ਬੋਲਦੇ ਹੋ ਤੁਸੀਂ, ਕਰ ਦੇ ਤੁਸੀਂ ਆਪਣੀ ਕੁਰਸੀਆਂ ਪਿੱਛੇ ਬੋਲਦੇ ਹੋ, ਇੱਕ ਦੂਜੇ ਦੇ ਕੁਰਸੀਆਂ ਪਿੱਛੇ ਬੋਲਦੇ ਹੋ, ਆਪਣੇ ਆਪਣੇ ਬੜੇ ਬੜੇ ਰਾਸ਼ਟਰਪਤੀ ਬਣਨਾ ਚਾਹੁੰਦੇ ਹੋ, ਤੁਸੀਂ ਇਹਨਾਂ ਸਿੰਘਾਂ ਨੂੰ ਸਜ਼ਾਵਾਂ ਦੇ ਕੇ ਬਣਨਾ ਚਾਹੁੰਦੇ ਹੋ, ਇਹਨਾਂ ਨੂੰ ਰਿਹਾ ਕਰੋ। ਨਹੀਂ ਰਿਹਾ ਨਾ ਕਰਿਆ, ਸਾਡਾ ਸੰਘਰਸ਼ ਜਾਰੀ ਰਹੂਗਾ ਹੈਂਜੀ, ਸਾਡਾ ਮੋਰਚਾ ਜਾਰੀ ਰਹੂਗਾ, ਅਸੀਂ ਇਹਦੇ ਵਿੱਚ ਸ਼ਾਮਿਲ ਹੋਵਾਂਗੇ ਅਤੇ ਅਸੀਂ ਇਹਨਾਂ ਨਾਲ ਸਾਥ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅਤੇ ਤੁਸੀਂ ਦੇਖ ਸਕਦੇ ਹੋ ਕਿ ਮੋਹਾਲੀ ਚੰਡੀਗੜ੍ਹ ਤੋਂ ਵੀ ਸੰਗਤ ਜਿਹੜੀ ਆ ਉਹ ਇੱਥੇ ਆਉਂਦੀ ਹੈ ਅਤੇ ਇੱਥੇ ਮੋਰਚੇ 'ਚ ਸ਼ਾਮਿਲ ਹੁੰਦੀ ਹੈ। ਸਾਡੇ ਇੱਕ ਛੋਟੀ ਜਿਹੀ ਬੱਚੀ ਵੀ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਇੱਥੇ ਕੀ ਕਿਉਂ ਤੁਸੀਂ ਇੱਥੇ ਕਿਉਂ ਆਏ ਹੋ? ਬੋਲੋ, ਇੱਕ ਅੰਕਾਰ ਸਤਨਾਮ ਕਰ ਦਿਓ, ਸੁਣਾ ਦਿਓ। ਅੱਜ ਤੁਸੀਂ ਬੱਚੇ ਨੂੰ ਨਾਲ ਲੈ ਕੇ ਆਏ ਹੋ ਇੱਥੇ ਮੋਰਚੇ ਦੇ ਉੱਤੇ, ਕਿਸ ਤਰੀਕੇ ਦਾ ਮੈਸੇਜ ਤੁਸੀਂ ਇੱਥੋਂ ਦੇਣਾ ਚਾਹੁੰਦੇ ਹੋ? ਮੈਡਮ, ਛੋਟੇ ਬੱਚਿਆਂ ਨੂੰ ਯਾਦ ਰਹਿ ਜਾਏਗੀ, ਵੱਡੇ ਹੋਣਗੇ ਵੀ ਛੱਡਣ ਵਾਲੇ ਬੇਇਨਸਾਫੀਆਂ, ਵੱਡੇ ਹੋ ਕੇ ਇਹਨਾਂ ਨੂੰ ਦੱਸਾਂਗੇ, ਕੋਈ ਫੋਟੋਗ੍ਰਾਫ ਸਾਡੇ ਕੋਲ ਹੋਏਗੀ ਵੀ ਇਹ ਬੇਇਨਸਾਫੀਆਂ ਖਿਲਾਫ ਫਿਰ ਗੁਰੂ ਦੇ ਲੜ ਲੱਗੇਗਾ ਇਹ, ਉਰੇ ਸਾਰੇ ਅੰਮ੍ਰਿਤਧਾਰੀ ਹੈ, ਉਹਨਾਂ ਨੂੰ ਦੇਖ ਕੇ ਬੱਚੇ ਵੀ ਇੰਸਪਾਇਰ ਹੁੰਦੇ ਵੀ ਆਪਾਂ ਵੀ ਅੰਮ੍ਰਿਤਧਾਰੀ ਬਣੀਏ, ਹੈ ਨਾ ਜੀ, ਔਰ ਇੱਕ ਸੱਚਾ ਸੁੱਚਾ ਜੀਵਨ ਜ਼ਿੰਦਗੀ ਜੀਏ ਔਰ ਦੇਸ਼ ਕੌਮ ਵਾਸਤੇ ਇੱਕ ਅੱਛਾ ਇਨਸਾਨ ਬਣ ਕੇ ਦਿਖਾਈਏ। ਹਾਂਜੀ, ਸਰਕਾਰਾਂ ਤਾਂ ਕਹਿੰਦੀਆਂ ਵੀ ਜਿਹੜੇ ਮੋਰਚੇ ਲਾਉਂਦੇ ਨੇ ਵੀ ਇਹ ਘਰੋਂ ਵਿਹਲੇ ਹੁੰਦੇ ਨੇ, ਇੱਥੇ ਆ ਕੇ ਮੋਰਚੇ ਲਾ ਦਿੰਦੇ ਨੇ, ਤੁਸੀਂ ਇੱਥੇ ਬੱਚਿਆਂ ਨੂੰ ਸਿਖਾਉਣ ਲੈ ਕੇ ਆ ਰਹੇ? ਮੈਡਮ, ਸਾਡੇ ਹੀ ਕੰਟਰੀ 'ਚ ਇਸ ਤਰ੍ਹਾਂ ਦਾ ਹੈਗਾ ਕਿ ਸਰਕਾਰਾਂ ਜਿਹੜੀਆਂ ਉਹ ਸਾਰੇ ਜਿਹੜੇ, ਮੈਂ ਤੁਹਾਨੂੰ ਕਹਾਂਗਾ ਵੀ ਜਿਹੜੇ ਜਮੀ ਗਿਰੇ ਹੋਏ ਲੋਕ ਹੈ ਉਹ ਪਾਵਰ 'ਚ ਆਉਂਦੇ ਆ, ਅਨਪੜ੍ਹ ਲੋਕ ਉਹ ਜੋ ਮਰਜ਼ੀ ਬੋਲੀ ਜਾਣ, ਮੈਡਮ ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਇਹ ਸਾਰੇ ਆਪਣਾ ਕੰਮ ਕਾਰ ਛੱਡ ਗਏ, ਸਪੈਸ਼ਲ ਉਰੇ ਆਏ ਹੋਏ ਆ, ਹੈ ਨਾ ਜੀ, ਇਹ ਕਿਸੇ ਇਨਸਾਫ ਵਾਸਤੇ ਜਾਂ ਕਿਸੇ ਸਪੈਸ਼ਲ ਮਕਸਦ ਵਾਸਤੇ ਆਏ ਵੀ ਸਾਰੀ ਸੰਗਤ, ਹੈ ਨਾ ਜੀ। ਹਾਂ, ਸਰਕਾਰਾਂ ਤਾਂ ਜੀ ਇੱਦਾਂ ਹੀ ਕਹਿੰਦੀਆਂ, ਉਹ ਕਹਿੰਦੇ ਵੀ ਸਾਡਾ ਹੀ ਸਿੱਕਾ ਚੱਲੇ, ਸਰਕਾਰਾਂ ਦਾ ਪਹਿਲਾਂ ਵੀ ਸੀ ਜਦੋਂ ਇਹ ਨਹੀਂ ਸੀਗੇ, ਅੰਗਰੇਜ਼ ਸੀਗੇ ਉਰੇ, ਉਹਨਾਂ ਨੂੰ ਵੀ ਇੱਦਾਂ ਹੀ ਭਜਾਇਆ ਸੀ ਇੱਥੋਂ, ਉਹ ਸਿੱਖਾਂ ਨੇ ਹੀ ਕੁਰਬਾਨੀਆਂ ਕੀਤੀਆਂ, ਠੀਕ ਹੈ ਜੀ। ਮਤਲਬ ਹਰ ਇੱਕ ਬੇਇਨਸਾਫੀ ਦੇ ਖਿਲਾਫ ਗੁਰੂ ਦਾ ਸਿੱਖ ਖੜਾ ਹੁੰਦਾ ਹੈ ਨਾ ਜੀ। ਤਾਂ ਇਹ ਜਜ਼ਬਾ ਹੈ ਇੱਥੇ ਪਹੁੰਚੇ ਹੋਏ ਹਰ ਇੱਕ ਵਿਅਕਤੀ ਦਾ, ਹਰ ਇੱਕ ਸਿੰਘ ਦਾ, ਹਰ ਇੱਕ ਸਿੰਘਣੀ ਦਾ, ਹਰ ਇੱਕ ਦਾ, ਕਿ ਇੱਥੇ ਜਦੋਂ ਅਸੀਂ ਆਏ ਹਾਂ ਤਾਂ ਸਿਰਫ ਇਸ ਕਰਕੇ ਆਏ ਹਾਂ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਹੈ ਉਹ ਹੋ ਸਕੇ, ਬੰਦੀ ਸਿੰਘਾਂ ਨੂੰ ਹਰ ਹਾਲ ਰਿਹਾਅ ਕੀਤਾ ਜਾ ਸਕੇ। ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੂਰੇ ਮੋਰਚੇ ਦੀਆਂ, ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਲੋਕ ਜਿਹੜੇ ਇੱਥੇ ਆਉਂਦੇ ਨੇ ਖਾਸ ਤੌਰ 'ਤੇ, ਕਿਉਂਕਿ ਆਮ ਲੋਕ ਤਾਂ ਹਮੇਸ਼ਾ ਇਹ ਕਹਿੰਦੇ ਆ ਕਿ ਜੇਕਰ ਮੋਰਚਾ ਲੱਗ ਰਿਹਾ ਤਾਂ ਉਸਦੇ ਨਾਲ ਤੁਸੀਂ ਮੋਰਚਾ ਲਾ ਕੇ ਬੈਠ ਜਾਂਦੇ ਹੋ, ਤੁਸੀਂ ਐਂ ਕਰਦੇ ਹੋ, ਪਰ ਜਦੋਂ ਮੋਰਚੇ ਦੇ ਅੰਦਰ ਅਸੀਂ ਵਿਚਰਦੇ ਹਾਂ, ਮੋਰਚੇ ਦੇ ਵਿੱਚ ਅਸੀਂ ਵਿਚਰਦੇ ਹਾਂ, ਤਾਂ ਉਦੋਂ ਅਸੀਂ ਭਾਵਨਾਵਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਉਂ ਮੋਰਚੇ ਦੇ ਵਿੱਚ ਸੰਗਤ ਜਿਹੜੀ ਹੈ ਉਹ ਪਹੁੰਚ ਰਹੀ ਹੈ ਅਤੇ ਕਿਸ ਚੜ੍ਹਦੀ ਕਲਾ
ਕਲਾ ਦੇ ਵਿੱਚ ਤੇ ਕਿਸ ਚੜ੍ਹਦੀ ਕਲਾ ਦੇ ਵਿੱਚ ਮੋਰਚੇ ਦੇ ਵਿੱਚ ਜਿਹੜੀ ਸੰਗਤ ਆਉਂਦੀ ਹੈ ਉਹਨਾਂ ਦੀ ਭਾਵਨਾਵਾਂ ਆਖਿਰ ਕੀ ਹੁੰਦੀਆਂ ਨੇ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਤਾਂ ਵੱਖ ਵੱਖ ਲੋਕ ਜਿਹੜੇ ਨੇ ਵੱਖ ਵੱਖ ਥਾਵਾਂ ਤੋਂ ਇੱਥੇ ਮੋਰਚੇ ਦੇ ਵਿੱਚ ਪਹੁੰਚੇ ਹੋਏ ਨੇ ਜਿਹੜੇ ਤੇ ਇੱਥੇ ਸ਼ਸਤਰਾਂ ਦੀ ਪ੍ਰਦਰਸ਼ਨੀ ਜਿਹੜੀ ਆ ਉਹ ਵੀ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਭਾਈ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਇੱਥੇ ਮੋਰਚੇ ਦੇ ਉੱਤੇ ਖਾਸ ਤੌਰ ਤੇ? ਚਲੋ ਸ਼ਸਤਰਾਂ ਦੀ ਪ੍ਰਦਰਸ਼ਨੀ ਵੀ ਕੀਤੀ ਜਾ ਰਹੀ ਹੈ, ਕਿੱਥੋਂ ਆਏ ਹੋ ਤੁਸੀਂ ਤੇ ਇਹ ਮਤਲਬ ਜਦੋਂ ਇੱਥੇ ਆਏ ਹੋ ਕਿਸ ਤਰੀਕੇ ਦਾ ਮਹਿਸੂਸ ਹੁੰਦਾ ਅੰਦਰ ਕਿ ਮੋਰਚੇ ਦਾ ਇੱਕ ਸਾਲ ਪੂਰਾ ਹੋਇਆ ਤੇ ਹਜੇ ਵੀ ਜਿਹੜੀ ਸੰਗਤ ਹੈ ਉਹ ਇੱਥੇ ਹੀ ਬੈਠੀ ਹੈ, ਕੋਈ ਹੱਲ ਨਿਕਲ ਨਹੀਂ ਰਿਹਾ? ਹੱਲ ਤਾਂ ਇੱਦਾਂ ਜੀ, ਹੱਲ ਕਰਨਾ ਹੁੰਦਾ ਸਰਕਾਰਾਂ ਨੇ, ਤੇ ਸਰਕਾਰਾਂ ਨੂੰ ਜਦੋਂ ਪੋਲੀਟੀਕਲ ਫਾਇਦਾ ਹੁੰਦਾ ਉਦੋਂ ਰੇਪ ਦੇ ਰੇਪ ਵਾਲੇ ਵੀ ਛੱਡੇ ਜਾਂਦੇ ਨੇ, ਪ੍ਰਧਾਨ ਮੰਤਰੀਆਂ ਨੂੰ ਮਾਰਨ ਵਾਲੇ ਵੀ। ਹੁਣ ਉਹਨਾਂ ਦਾ ਹਿਸਾਬ ਪਤਾ ਨਹੀਂ ਕਿਵੇਂ ਲੱਗ ਰਿਹਾ ਵੀ ਕਦੋਂ ਛੱਡੀਏ ਤੇ ਕਦੋਂ ਸਿੱਖ ਸਾਡੇ ਫੈਨ ਹੋ ਜਾਣ। ਮੇਰਾ ਖਿਆਲ ਉਹਨਾਂ ਦੇ ਦਿਮਾਗ 'ਚ ਕੁਛ ਹੈ ਜਿਹਾ, ਪਰ ਮੈਨੂੰ ਲੱਗਦਾ ਨਹੀਂ। ਤੁਹਾਨੂੰ ਕਿਹੜਾ ਮੌਕਾ ਲੱਗਦਾ ਇਹੋ ਜਿਹਾ ਵੀ ਕਦੋਂ ਛੱਡਣਗੇ ਵੀ ਜਦੋਂ ਸਿੱਖ ਫੈਨ? ਉਹ ਛੱਡਣਗੇ ਜਦੋਂ ਉਹਨਾਂ ਨੂੰ ਐਂ ਲੱਗੇਗਾ ਵੀ ਸ਼ਾਇਦ ਸਿੱਖ ਵੋਟ ਵੀ ਸਾਨੂੰ ਭੁਗਤ ਜੇ। ਅੱਛਾ, ਮੈਨੂੰ ਤਾਂ ਇਹ ਲੱਗਦਾ ਉਹ ਮੌਕਾ ਅੱਗੇ ਆਉਣ ਵਾਲਾ। ਫਿਰ ਮੈਨੂੰ ਲੱਗਦਾ ਇਲੈਕਸ਼ਨ ਵੇਲੇ ਪੰਗਾ ਤਾਂ ਉਹਦਾ ਹੀ ਲਿਆ ਵਾ ਇਹਨਾਂ ਨੇ, ਸਰਕਾਰ ਤਾਂ ਹੀ ਡਿਲੇ ਕਰ ਰਹੀ ਹੈ। ਉਹਨਾਂ ਨੇ ਆ ਵੀ 6 ਮਹੀਨੇ ਜੇ ਪਹਿਲਾਂ ਛੱਡਤੇ ਤੇ ਭੁੱਲ ਜਾਣਗੇ ਭੁਲੱਕੜ ਨੇ, ਨੇੜੇ ਜੇ ਛੱਡਾਂਗੇ ਉਹਨਾਂ ਨੂੰ ਦੱਸਾਂਗੇ ਵੀ ਦੇਖਿਆ ਅਸੀਂ ਆ ਪੰਥ ਦੇ ਅਸਲੀ ਹਮਦਰਦ, ਉਹ ਇਸ ਤਰ੍ਹਾਂ ਕੁਝ ਦੱਸਣਾ ਚਾਹੁੰਦੇ ਨੇ। ਫਿਰ ਉਸ ਵੇਲੇ ਸਿੱਖ ਵੋਟ ਉਧਰ ਭੁਗਤੂਗੀ? ਸਿੱਖ ਨੇ ਹੋਣਾ ਚਾਹੀਦਾ। ਕੇਜਰੀਵਾਲ ਲਾਲਾ ਚਾਹੇ ਕਿਹੋ ਜਿਹਾ ਸੀ, ਗੱਲ ਉਹ ਬੜੀ ਵਧੀਆ ਕਰਦਾ ਸੀ, ਕਹਿੰਦਾ ਖਾਓ ਵੀ ਇਹਨਾਂ ਤੋਂ, ਪੀਓ ਵੀ ਇਹਨਾਂ ਤੋਂ, ਫਿਰੋ ਵੀ ਇਹਨਾਂ ਦੇ ਨਾਲ, ਵੋਟ ਨਾ ਇਹਨਾਂ ਨੂੰ ਪਾਇਓ। ਕਿਹਨਾਂ ਨੂੰ? ਇਹ ਨੀ ਮੈਂ ਕਹਿੰਦਾ, ਤਰੀਕਾ ਵਧੀਆ ਦੱਸਿਆ ਕਿ ਉਹ ਖਾਣੋ ਪੀਣੋ ਤਾਂ ਸਾਡੇ ਬੰਦਿਆਂ ਨੇ ਹਟਣਾ ਨੀ, ਖਾਓ ਫਿਰ ਉਹ ਡਰਦਾ ਵੀ ਹੁੰਦਾ ਬੰਦਾ ਕਈ ਵਾਰੀ, ਨਾਲ ਤੁਰਨਾ ਵੀ ਪੈਂਦਾ ਕਿਸੇ ਚੋਰ ਚੋਰ ਚੱਕੇ ਦੇ, ਕਿਉਂ ਜੀ? ਪਰ ਵੋਟ ਉਦੋਂ ਵੋਟ ਪਾਉਣ ਲੱਗਿਆ ਨਾ ਜੀ, ਛੋਟੇ ਨਾ ਹੋ ਜਾਓ। ਤਾਂ ਇਹ ਸਭ ਦੇ ਪਿੱਛੇ ਇੱਕ ਵੋਟ ਹੈ। ਹਾਂ, ਜਿਹਨੇ ਵੋਟ ਪਾਣੀ ਨਾ ਜਿਹਨੂੰ ਅਸੀਂ, ਉਹਨੇ 5 ਸਾਲ ਸਾਨੂੰ ਰਗੜੇ ਲਾਣੇ ਨੇ ਤਾਂ ਆਪਾਂ ਸੋਚ ਕੇ ਵੋਟ ਪਾਣੀ ਭਾਈ, ਠੰਡੇ ਰਗੜੇ ਲਾਈ। ਇਹਦੇ ਨਾਲ ਇੱਕ ਉਮੀਦ ਇਹ ਵੀ, ਜਿਵੇਂ ਤੁਹਾਡੀ ਗੱਲਾਂ ਤੋਂ ਮੈਂ ਜਜਮੈਂਟ ਲਾਈ ਹੈ ਵੀ ਉਮੀਦ ਹੈ ਵੀ ਫਿਰ 2024 ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਕਾਰ ਕੋਈ ਫੈਸਲਾ ਸੁਣਾ ਦੂਗੀ। ਹਾਂ, ਜੇ ਉਹਨਾਂ ਨੂੰ ਐਂ ਲੱਗਦਾ ਹੋਇਆ ਵੀ ਸਿੱਖ ਵੀ ਸਾਡੇ ਫੈਨ ਹੋ ਜਾਣਗੇ ਤਾਂ ਲਾਜ਼ਮੀ ਛੱਡੂਗੀ, ਮੈਨੂੰ ਤਾਂ ਪਹਿਲੇ ਦਿਨ ਤੋਂ ਪਤਾ ਵੀ ਛੱਡੂਗੀ। ਬਸ ਉਹ ਗੇਮ ਪਾ ਰਹੀ ਹੈ ਵੀ ਸਿੱਖਾਂ ਨੂੰ ਉਹਦੇ 'ਚ ਕਿਵੇਂ ਲੈਣਾ। ਪੰਜਾਬ ਦੀਆਂ 13 ਸੀਟਾਂ ਦੇ ਨਾਲ ਤੁਹਾਨੂੰ ਲੱਗਦਾ ਵੀ ਅਸਰ ਪਊਗਾ? 13 ਸੀਟਾਂ ਤੇ ਉਹ ਅੱਖ ਰੱਖਦੇ ਨੇ। ਦੇਖੋ ਜੀ, ਲੋਕਾਂ ਦੀ ਵਹੀਰ ਕਿੱਧਰ ਨੂੰ ਕਦੋਂ ਤੁਰ ਪੈਂਦੀ ਹੈ ਕੁਛ ਪਤਾ ਨਹੀਂ ਲੱਗਦਾ। ਕੀ ਕਹਿੰਦੇ ਹੁੰਦੇ ਨੇ, ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣ, ਲੋਕਾਂ ਦੇ ਦਿਲਾਂ 'ਚ ਕੀ ਆ ਜਾਂਦਾ ਕਿਹੜੇ ਵੇਲੇ, ਕੋਈ ਹਿਸਾਬ ਨਹੀਂ। ਸੋ ਤੁਸੀਂ ਪਹਿਲਾਂ ਜੇ ਅੰਦਾਜ਼ੇ ਲਾਉਣ ਲੱਗ ਜਾਣਾ, ਜਾਂ ਜੋਤਸ਼ੀ ਲਾਉਣ ਲੱਗ ਜਾਣਾ, ਜਾਂ ਤਾਂਤਰਿਕ ਲਾਉਣ ਲੱਗ ਜਾਣਾ, ਜਾਂ ਕਿਹੜਾ ਉਹ ਜੱਗ ਹੁੰਦਾ ਚਾਲੀ ਮਹਾਮਰਤੁੰਜੇ ਜੱਗ, ਫਿਰ ਤਾਂ ਇੰਦਰਾ ਗਾਂਧੀ ਕਦੀ ਹਟਦੀ ਹੋਣੀ ਸੀ। ਹਜ਼ਾਰਾਂ ਉਹਦੇ ਕੋਲ ਜੋਤਸ਼ੀ, ਹਜ਼ਾਰਾਂ ਉਹਦੇ ਕੋਲ ਯੱਗ, ਹੁਣ ਵੀ ਪਟਿਆਲੇ ਆਪਣੇ ਵਾਲੇ ਕਈ ਯੱਗ ਕਰਦੇ ਫਿਰੀ ਜਾਂਦੇ ਨੇ। ਐ ਯੱਗਾਂ ਨਾਲ ਕੁਛ ਬਣਦਾ ਹੋਵੇ ਤਾਂ ਕੋਈ ਪੀਐਮਸ਼ਿਪ ਛੱਡੇ ਹੀ ਨਾ, ਪੁਤਿਨ ਵੀ ਨਾ ਛੱਡੇ ਤੇ ਬਾਇਡਨ ਵੀ ਨਾ ਛੱਡੇ। ਤੁਸੀਂ ਕਿੱਥੋਂ ਆਏ ਹੋ? ਤੁਸੀਂ ਕਿੱਥੋਂ ਆਏ? ਅਸੀਂ ਹਾਈ ਕੋਰਟ ਤੋਂ ਆਏ। ਹਾਈ ਕੋਰਟ ਤੋਂ? ਹਾਂਜੀ। ਤੁਸੀਂ ਵਕੀਲ ਜੱਜ ਕੀ ਹੋ ਤੁਸੀਂ? ਮਤਲਬ ਦੋਨੇ ਚੀਜ਼ਾਂ। ਅੱਛਾ, ਹਾਂਜੀ ਹਾਂਜੀ। ਤੇ ਹਰ ਰੋਜ਼ ਇੱਥੇ ਆਉਂਦੇ ਹੋ? ਅਕਸਰ ਆਉਂਦੇ ਹਾਂ, ਥੋੜਾ ਦਰਦ ਤਾਂ ਮਹਿਸੂਸ ਹੁੰਦਾ ਹੀ ਹੈ ਨਾ ਜੀ, ਅਕਸਰ ਆਈਦਾ।
ਬਹੁਤ ਬਹੁਤ ਸ਼ੁਕਰੀਆ। ਤਾਂ ਅੱਗੇ ਲੰਗਰ ਵੀ ਹੈ ਅਤੇ ਸੰਗਤ, ਪਹਿਲਾਂ ਤਾਂ ਜਿਹੜੀ ਚੀਜ਼ ਭਾਈ ਸਾਹਿਬ ਨੇ ਦੱਸੀ ਹੈ ਕਿ ਖਾਸ ਤੌਰ 'ਤੇ ਚੋਣਾਂ ਨਾਲ ਜੋੜ ਕੇ ਕਿ ਅੱਗੇ 2024 ਦੀਆਂ ਚੋਣਾਂ ਆ ਰਹੀਆਂ ਨੇ, ਚੋਣਾਂ ਨਜ਼ਦੀਕ ਨੇ ਅਤੇ ਉਸ ਤੋਂ ਪਹਿਲਾਂ ਕੋਈ ਫੈਸਲਾ ਜਿਹੜਾ ਉਹ ਸਰਕਾਰ ਦੇ ਵੱਲੋਂ ਲਿਆ ਜਾ ਸਕਦਾ। ਹਾਲਾਂਕਿ ਉਹਨਾਂ ਨੇ ਸਿੱਧੇ ਤੌਰ 'ਤੇ ਕਿਸੇ ਪਾਰਟੀ ਦਾ ਨਾਮ ਤਾਂ ਨਹੀਂ ਲਿਆ, ਪਰ ਉਹ ਕਹਿ ਬਹੁਤ ਕੁਝ ਗਏ ਕਿ 24 ਤੋਂ ਪਹਿਲਾਂ ਫੈਸਲਾ ਹੋ ਸਕਦਾ ਅਤੇ ਫੈਸਲਾ ਵੀ ਇਸ ਤਰੀਕੇ ਦਾ ਕਿ ਫੈਸਲਾ ਹੋਣ ਤੋਂ ਬਾਅਦ ਵੋਟ ਜਿਹੜੀ ਹੈ, ਸਿੱਖ ਵੋਟ ਜਿਹੜੀ ਹੈ ਉਹ ਭੁਗਤ ਸਕੇ, ਪੱਖ ਦੇ ਵਿੱਚ ਭੁਗਤ ਸਕੇ, ਇਸ ਕਰਕੇ 24 ਤੋਂ ਪਹਿਲਾਂ ਉਹ ਫੈਸਲਾ ਜਿਹੜਾ ਆ ਸਕਦਾ। ਇਹ ਇੱਕ ਵੱਡੀ ਗੱਲ ਉਹਨਾਂ ਨੇ ਕਹੀ ਆ। ਹੁਣ ਲੰਗਰ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਲੰਗਰ ਜਿਹੜਾ ਇਹ ਵੀ ਮੋਰਚੇ ਦੇ ਨਾਲ ਲੱਗਾ ਹੋਇਆ। ਇਹ ਲੰਗਰ ਜਿਹੜਾ ਇਹ ਸਵੇਰੇ 10 ਵਜੇ ਸ਼ੁਰੂ ਹੋ ਜਾਂਦਾ ਅਤੇ ਸ਼ਾਮ ਦੇ 10 ਵਜੇ ਤੱਕ ਚੱਲਦਾ ਰਹਿੰਦਾ ਅਤੇ ਸੰਗਤ ਇੱਥੇ ਸਿਰਫ ਮੋਰਚੇ ਵਾਲੀ ਨਹੀਂ, ਇਸ ਤੋਂ ਇਲਾਵਾ ਆਲੇ ਦੁਆਲੇ ਮੋਹਾਲੀ ਦੇ ਵਿੱਚ ਜਿੰਨਾ ਵੀ ਝੁੰਗੀ ਝੌਂਪੜੀਆਂ ਵਾਲੇ ਰਹਿੰਦੇ ਨੇ ਉਹ ਇੱਥੇ ਆ ਕੇ ਲੰਗਰ ਛਕਦੇ ਰਹੇ ਨੇ ਪੂਰੇ ਇੱਕ ਸਾਲ ਤੋਂ ਜਦੋਂ ਦਾ ਇਹ ਮੋਰਚਾ ਲੱਗਿਆ ਉਦੋਂ ਤੋਂ ਸੰਗਤ ਇੱਥੇ ਆ ਕੇ ਲੰਗਰ ਛਕਦੀ ਹੈ। ਮੋਹਾਲੀ ਵਾਲੇ ਵੀ ਖਾਸ ਤੌਰ 'ਤੇ ਜਿਹੜੇ ਇੱਥੋਂ ਲੰਘਦੇ ਨੇ ਉਹ ਇੱਥੇ ਲੰਗਰ ਛਕ ਕੇ ਜਾਂਦੇ ਨੇ ਅਤੇ ਇਹ ਵੱਖ ਵੱਖ ਤਸਵੀਰਾਂ, ਵੱਖ ਵੱਖ ਰੰਗ ਜਿਹੜੇ ਨੇ ਮੋਰਚੇ ਦੇ, ਕੌਮੀ ਇਨਸਾਫ ਮੋਰਚੇ ਦੇ, ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤਾਂ ਵੇਖ ਸਕਦੇ ਹੋ ਕਿ ਸੰਗਤ ਜਿਹੜੀ ਹੈ ਉਹ ਲਗਾਤਾਰ ਮੋਰਚੇ ਦੇ ਵਿੱਚ ਆ ਰਹੀ ਹੈ ਅਤੇ ਮੋਰਚੇ ਦੇ ਵਿੱਚ ਸ਼ਮੂਲੀਅਤ ਕਰ ਰਹੀ ਹੈ। ਭਾਈ ਸਾਹਿਬ ਕਿੱਥੋਂ ਆਏ ਹੋ, ਕਿੱਥੋਂ ਆਇਆ ਇਹ ਜਥਾ? ਅਸੀਂ ਕਿਰਤੀ ਕਿਸਾਨ ਮੋਰਚਾ ਰੋਪੜ ਤੋਂ ਆਏ ਜੀ, ਵੱਖ ਵੱਖ ਨਗਰਾਂ ਤੋਂ ਸੰਗਤ ਰੂਪ ਦੇ ਵਿੱਚ ਆਏ ਨੇ ਜੀ। ਜਿਹੜੇ ਬੰਦੀ ਸਿੰਘ ਆ, ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਰਿਹਾ ਨਹੀਂ ਕਰ ਰਹੀ ਹੈ, ਉਹ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਜਿਹੜੀਆਂ ਸੰਗਤਾਂ ਪਿੰਡਾਂ ਦੇ ਵਿੱਚ ਬੈਠੀਆਂ ਨੇ ਇਹ ਜੇ ਤੁਸੀਂ ਧੱਕਾ ਕਰੋਗੇ ਅਸੀਂ ਇੱਕ ਦਿਨ ਇੱਥੇ, ਜਿੱਦਾਂ ਸੈਂਟਰ ਅਸੀਂ ਦਿੱਲੀ ਦੇ ਵਿੱਚ ਸਾਰੀ ਰੋਡ ਬਲੌਕ ਕਰ ਦਿੱਤੇ ਸੀਗੇ ਅਤੇ ਮੋਦੀ ਨੂੰ ਆਪਣਾ ਥੁੱਕ ਚੱਕਣਾ ਪਿਆ, ਇਸੇ ਕਰਕੇ ਅਸੀਂ ਵੇਖ ਰਹੇ ਹਾਂ। ਜੇ ਤੁਸੀਂ ਹਾਲੇ ਵੀ ਅਸੀਂ ਸੰਗਤ ਦੀ ਆਵਾਜ਼ ਨਹੀਂ ਸੁਣ ਰਹੇ ਹਾਂ, ਉਹ ਗੂੰਗੀਆਂ ਬੋਲੀਆਂ ਸਰਕਾਰਾਂ ਨੂੰ ਜਗਾਉਣ ਵਾਸਤੇ ਕਿ ਸਿੱਖਾਂ ਦੇ ਨਾਲ ਧੱਕਾ ਵਿਤਕਰਾ ਕਿਉਂ ਹੋ ਰਿਹਾ ਹੈ, ਜਿਹੜਾ ਸੌਦੇ ਸਾਧ ਹਥਿਆਰੇ ਨੇ ਅਤੇ ਜਿਹੜੇ ਬਲਾਤਕਾਰੀ ਨੇ ਉਹਨਾਂ ਨੂੰ ਪਰਾਲ ਦੇ ਰਹੀ ਹੈ। ਜੇ ਕਿਸੇ ਦੀ ਭਤੀਜੀ ਦਾ, ਸਕੀ ਭਤੀਜੀ ਦਾ ਰਿਸ਼ਤਾ ਉਹਨੇ ਨਿਭਾਉਣੀ ਹੈ ਜ਼ਿੰਮੇਵਾਰੀ, ਉਹਨੂੰ ਸਿਰਫ 2 ਘੰਟੇ ਵਾਸਤੇ ਪਰੋਲ ਦਿੱਤੀ ਜਾ ਰਹੀ ਹੈ। ਇੰਨਾ ਵਿਤਕਰਾ, ਇੰਨਾ ਧੱਕਾ ਸਿੱਖਾਂ ਦੇ ਨਾਲ ਕਿਉਂ ਘੱਟ ਗਿਣਤੀਆਂ ਨਾਲ ਕੀਤਾ ਜਾ ਰਿਹਾ? ਇਹ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਜਗਾਉਣ ਵਾਸਤੇ ਇੱਥੇ ਪਹੁੰਚੇ ਸੰਗਤ ਰੂਪ ਦੇ ਵਿੱਚ ਜੀ, ਰੋਪੜ ਤੋਂ ਜੀ। ਇੱਕ ਹੋਰ ਬੱਚਾ ਸਾਡੇ ਨਾਲ ਹੈ, ਤੁਸੀਂ ਕਿਉਂ ਆਏ ਹੋ, ਤੁਹਾਨੂੰ ਪਤਾ ਤੁਸੀਂ ਅੱਜ ਮੋਰਚੇ 'ਚ ਕਿਉਂ ਸ਼ਾਮਿਲ ਹੋਣ ਲਈ ਆਏ ਹੋ? ਬੰਦੀ ਸਿੰਘ ਦੀ ਰਿਹਾਈ ਦੀ ਲੜਾਈ ਲਈ। ਤੁਹਾਨੂੰ ਪਤਾ ਬੰਦੀ ਸਿੰਘ ਕੌਣ ਸਨ? ਹਾਂਜੀ, ਉਹਨਾਂ ਦੀ ਰਿਹਾਈ ਲਈ ਤੁਸੀਂ ਕਿਸ ਤਰੀਕੇ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰ ਰਹੇ ਹੋ? ਅਸੀਂ ਇੱਥੇ ਨਾਰੇ ਲਗਾ ਕੇ ਉਹਨਾਂ ਦੀ ਲੜਾਈ 'ਚ ਸ਼ਾਮਿਲ ਹੋਣ ਲਈ ਆਏ ਹਾਂ। ਤੁਹਾਨੂੰ ਇਹ ਸਭ ਕਿਸਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਲੱਗਿਆ, ਆਪਾਂ ਉੱਥੇ ਜਾਣਾ? ਪਾਪਾ ਨੇ। ਅੱਛਾ, ਪਾਪਾ ਤੁਹਾਡੇ ਨਾਲ ਨੇ? ਹਾਂਜੀ। ਕੀ ਕਹਿਣਾ ਚਾਹੋਗੇ ਅੰਕਲ, ਤੁਸੀਂ ਆਪਣੇ ਬੇਟੇ ਨੂੰ ਕਿਉਂ ਲੈ ਕੇ ਆਏ ਹੋ ਇੱਥੇ ਖਾਸ ਤੌਰ 'ਤੇ? ਅਸੀਂ ਇਹਨਾਂ ਨੂੰ ਇਹ ਚੀਜ਼ 'ਤੇ ਬਹੁਤ ਜਾਗਰੂਕ ਕਰਨਾ ਚਾਹੁੰਦੇ ਆ, ਆਉਣ ਵਾਲੀ ਪੀੜ੍ਹੀ ਵਾਸਤੇ ਇਹ ਬਹੁਤ ਜ਼ਰੂਰੀ ਆ ਕਿ ਸਰਕਾਰ ਸਾਡੇ ਨਾਲ ਕਿੱਦਾਂ ਧੱਕਾ ਕਰਦੀ ਹੈ। ਅਸੀਂ ਇਹਨਾਂ ਨੂੰ ਇਹ ਜਾਗਰੂਕ ਕਰਨਾ ਵੀ ਸਰਕਾਰ ਅੱਗੇ ਵਾਸਤੇ ਸਾਡੇ ਨਾਲ ਇੱਦਾਂ ਦਾ ਕੋਈ ਧੱਕਾ ਨਾ ਕਰੇ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਕਿਰਤੀ ਕਿਸਾਨ ਯੂਨੀਅਨ ਦੇ ਵੱਲੋਂ ਵੀ ਸਮਰਥਨ ਜਿਹੜਾ ਉਹ ਧਰਨੇ ਨੂੰ ਦਿੱਤਾ ਗਿਆ ਅਤੇ ਇੱਥੇ ਉਹ ਵੀ ਜਥੇ ਦੇ ਰੂਪ ਦੇ ਵਿੱਚ ਪਹੁੰਚੇ ਨੇ। ਸਾਡੇ ਨਾਲ ਵਕੀਲ ਸਾਹਿਬ ਨੇ ਕੌਮੀ ਇਨਸਾਫ ਮੋਰਚੇ ਦੇ, ਦਿਲਸ਼ੇਰ ਸਿੰਘ ਜੰਡਿਆਲਾ। ਦਿਲਸ਼ੇਰ ਸਿੰਘ ਜੀ, ਬਾਕੀ ਸਭ ਚੀਜ਼ਾਂ ਹੋ ਰਹੀਆਂ ਨੇ, ਸੰਗਤ ਆ ਵੀ ਰਹੀ ਹੈ, ਅੱਜ 1 ਸਾਲ ਪੂਰਾ ਹੋ ਗਿਆ, ਪਰ ਕਾਨੂੰਨੀ ਤੌਰ 'ਤੇ ਜੇਕਰ ਮੋਰਚੇ ਦੀ ਮਜ਼ਬੂਤੀ ਨੂੰ ਸਮਝਣਾ ਹੋਵੇ ਤਾਂ ਕਿੰਨਾ ਕੁ ਮਜ਼ਬੂਤ ਇਸ ਸਮੇਂ ਕੌਮੀ ਇਨਸਾਫ ਮੋਰਚਾ ਹੈਗਾ ਅਤੇ ਅੱਗੇ ਕਿਸ ਮਜ਼ਬੂਤੀ ਦੇ ਨਾਲ ਵਧੇਗਾ? ਦੇਖੋ ਜੀ, ਮੋਰਚੇ ਜਿਹੜੇ ਮਜ਼ਬੂਤ ਸੰਗਤ ਦੇ ਨਾਲ ਹੁੰਦੇ ਨੇ, ਸੰਗਤਾਂ ਦਾ ਇੱਥੇ ਹੜ ਹੈ,
ਤੇ ਜਿੰਨੀ ਸੰਗਤ ਹੋਏਗੀ ਓਨਾ ਵੱਡਾ ਮੋਰਚਾ ਹੋਏਗਾ, ਓਨੀ ਮਜ਼ਬੂਤੀ ਮੋਰਚੇ 'ਚ ਹੋਏਗੀ। ਔਰ ਜਿੰਨੀ ਇੱਥੇ ਸੰਗਤ ਆ ਉਹ ਬੜੀ ਦ੍ਰਿੜਤਾ ਦੇ ਨਾਲ, ਵਿਸ਼ਵਾਸ ਦੇ ਨਾਲ ਇੱਥੇ ਆਈ ਆ ਕਿ ਅਸੀਂ ਜਿਹੜਾ ਇਸ ਮੋਰਚੇ ਨੂੰ ਸਫਲਤਾ ਦੇ ਵੱਲ ਲੈ ਕੇ ਜਾਣਾ। ਬੜੀ ਵੱਡੀ ਹਿੰਮਤ ਹੈ ਲੋਕਾਂ ਦੀ ਕਿ ਇਸ ਮੋਰਚੇ 'ਚ ਜਿਹੜੀ ਕੜਕਦੀ ਧੁੱਪ ਵੀ ਪਿੰਡੇ 'ਤੇ ਸਹੀ ਆ, ਫਿਰ ਉਸ ਤੋਂ ਬਾਅਦ ਕਿੜਕਦਾ ਜਿਹੜੀ ਠੰਡ ਵੀ ਇਹਨਾਂ ਨੇ ਇੱਥੇ ਸਹੀ ਆ, ਪਰ ਫਿਰ ਵੀ ਹਨੇਰੀਆਂ ਝੱਖੜ ਝੱਲਣ ਤੋਂ ਬਾਅਦ ਵੀ ਦ੍ਰਿੜਤਾ ਹੈ ਕਿ ਅਸੀਂ ਮੋਰਚਾ ਸਫਲ ਕਰਨਾ। ਜਿਹੜੀ ਕੌਮ 'ਚ ਇੰਨੀ ਦ੍ਰਿੜਤਾ ਹੋਵੇ, ਜਿਹਨਾਂ ਲੋਕਾਂ 'ਚ ਇੰਨੀ ਦ੍ਰਿੜਤਾ ਹੋਵੇ, ਉਹ ਮੋਰਚੇ ਕਿਉਂ ਨਹੀਂ ਸਫਲ ਹੋਣਗੇ, ਜ਼ਰੂਰ ਹੋਣਗੇ। ਅੱਜ ਦੇ ਇਕੱਠ ਤੋਂ ਬਾਅਦ ਅਸਰ ਪਏਗਾ ਪੰਜਾਬ ਸਰਕਾਰ 'ਤੇ, ਕੇਂਦਰ ਸਰਕਾਰ 'ਤੇ? ਕੁਦਰਤੀ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ 'ਤੇ ਜਦੋਂ ਰਿਪੋਰਟਾਂ ਜਾਣਗੀਆਂ ਕਿ ਇੰਨੀ ਧੁੰਦ ਦੇ ਬਾਵਜੂਦ, ਇੰਨੀ ਠੰਡ ਦੇ ਬਾਵਜੂਦ ਜਿਹੜੀ ਹਜ਼ਾਰਾਂ ਦੀ ਤਾਦਾਦ 'ਚ ਸੰਗਤ ਆਈ ਆ, ਔਰ ਹਰ ਸੰਗਤ ਦੇ ਦਿਲ ਦੀ ਆਵਾਜ਼ ਹੈ ਕਿ ਬੰਦੀ ਸਿੰਘ ਬਾਹਰ ਆਉਣੇ ਚਾਹੀਦੇ ਨੇ, ਅਤੇ ਸਰਕਾਰ 'ਤੇ ਬਹੁਤ ਵੱਡਾ ਭਾਰ ਪਏਗਾ। ਕਿ ਅਸੀਂ ਤਾਂ ਸੋਚਦੇ ਸੀ ਕਿ ਆ ਜਿਹੜੇ ਪੰਜ ਸੱਤ ਆਗੂ ਹੀ ਗੱਲ ਕਰਦੇ ਨੇ ਬੰਦੀ ਸਿੰਘਾਂ ਨੂੰ ਰਿਹਾਈ ਕਰਨ ਲਈ, ਪਰ ਇੱਥੇ ਤਾਂ ਲੱਖਾਂ ਦੀ ਸੰਗਤ ਆ ਜਿਹੜੀ ਚਾਹੁੰਦੀ ਹੈ ਕਿ ਬੰਦੀ ਸਿੰਘ ਬਾਹਰ ਆਉਣੇ ਚਾਹੀਦੇ ਨੇ, ਜਗਤਾਰ ਸਿੰਘ ਹਵਾਰਾ ਸਾਹਿਬ ਬਾਹਰ ਆਉਣੇ ਚਾਹੀਦੇ ਨੇ। ਸੰਗਤ ਚਾਹ ਰਹੀ ਹੈ, ਸੰਗਤ ਇੱਥੇ ਮੋਰਚੇ ਦੇ ਵਿੱਚ ਵੀ ਬੈਠੀ ਹੈ, ਪਰ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਜਿਹੜੇ ਨੇ ਉਹ ਇੱਕ ਪਾਸੇ ਬਿਆਨ ਦੇ ਰਹੇ ਨੇ ਕਿ ਜਿਨ੍ਹਾਂ ਨੂੰ ਪਛਤਾਵਾ ਨਹੀਂ ਉਹਨਾਂ ਨੂੰ ਰਿਹਾਈ ਕਿੱਦਾਂ ਦਿੱਤੀ ਜਾ ਸਕਦੀ ਹੈ, ਕਿਉਂਕਿ ਸਾਰਾ ਕੁਛ ਤਾਂ ਕੇਂਦਰ ਸਰਕਾਰ ਦੇ ਹੱਥ ਦਾ, ਪਰ ਜੇਕਰ ਗ੍ਰਹਿ ਮੰਤਰੀ ਦਾ ਅਜਿਹਾ ਬਿਆਨ ਆਉਂਦਾ ਤਾਂ ਉਸ ਤੋਂ ਫਿਰ ਕਿਤੇ ਨਾ ਕਿਤੇ ਇਹ ਅੰਦਾਜ਼ਾ ਲੱਗ ਜਾਂਦਾ ਵੀ ਸ਼ਾਇਦ ਨੀਅਤ ਨਹੀਂ ਹੈਗੀ ਹਜੇ ਵੀ। ਦੇਖੋ ਮੈਡਮ, ਇਹ ਜਿਹੜਾ ਉਹਨਾਂ ਦਾ, ਤੁਸੀਂ ਇਸ ਬਿਆਨ ਤੋਂ ਇਲਾਵਾ ਜਿਹੜਾ ਵੀ ਸਿੱਖਾਂ ਦੇ ਮੁਤਲਕ ਹੋਮ ਮਿਨਿਸਟਰ ਦਾ ਬਿਆਨ ਆਇਆ ਉਹ ਫਿਰਕਾ ਪ੍ਰਸਤੀ ਆ। ਕੋਈ ਇੱਦਾਂ ਦਾ ਪ੍ਰੋਸੀਜਰ ਨਹੀਂ ਹੈਗਾ ਕਿ ਜਿਹਨੇ ਸਜ਼ਾ ਕੱਟ ਲਈ ਉਹ ਮਾਫ਼ੀ ਮੰਗੇ ਅਤੇ ਬਾਹਰ ਆਵੇ। ਰਾਜੀਵ ਗਾਂਧੀ ਦੇ ਕਾਤਲਾਂ ਨੇ ਕਿਹੜੀ ਮਾਫ਼ੀ ਮੰਗੀ ਸੀ ਹੋਮ ਮਿਨਿਸਟਰ ਤੋਂ ਕਿ ਉਹ ਬਾਹਰ ਆਉਣ? ਬਿਲਕੁਲ ਬਾਨੋ ਦੇ ਕਾਤਲਾਂ ਨੇ ਕਿਹੜੀ ਮਾਫ਼ੀ ਮੰਗੀ ਸੀ ਕਿ ਉਹ ਬਾਹਰ ਆਉਣ? ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ ਕੰਡੀਸ਼ਨਲ ਬੇਲ 'ਤੇ ਬਾਹਰ ਆਏ, ਉਹਨਾਂ ਨੇ ਤਾਂ ਕੋਈ ਮਾਫ਼ੀ ਨਹੀਂ ਮੰਗੀ। ਇਹ ਗੱਲ ਜ਼ਰੂਰ ਹੁੰਦੀ ਆ ਕਿ ਅਸੀਂ ਜਿਹੜਾ ਸਜ਼ਾ ਭੁਗਤਦੀ ਆ ਅਤੇ ਜਿਹੜਾ ਕ੍ਰਾਈਮ ਕੀਤਾ ਸੀ ਉਹਦੀ ਜਿੰਨੀ ਸਜ਼ਾ ਬਣਦੀ ਸੀ ਉਸ ਤੋਂ ਭੁਗਤਣ ਤੋਂ ਬਾਅਦ ਮੇਰਾ ਹੱਕ ਬਣਦਾ ਬਾਹਰ ਜਾਣ ਦਾ, ਇਹ ਰਾਈਟ ਹੈਗਾ, ਨਾ ਕਿ ਕੋਈ ਰਹਿਮ ਕਰਨਾ। ਸੋ ਇਹ ਬਿਆਨ ਜਿਹੜਾ ਹੋਮ ਮਿਨਿਸਟਰ ਦਾ ਮੁਤਲਕ ਰਾਜੋਵਾਣੀ ਦੇ ਦੇਣਾ ਜਾਂ ਬਾਕੀ ਬੰਦੇ ਸਿੰਘਾਂ ਦੇ ਦੇਣਾ ਉਹ ਫਿਰਕਾ ਪ੍ਰਸਤ ਆ। ਅਸਲੀਅਤ ਦੇ ਵਿੱਚ ਹੋਮ ਮਿਨਿਸਟਰ ਕਿਤੇ ਇਕੱਲੇ ਨੇ ਨਹੀਂ ਫੈਸਲਾ ਕਰਨਾ, ਪੰਜਾਬ ਸਰਕਾਰ ਦੀ ਪੁਲਿਸ ਨੇ ਫੈਸਲਾ ਕਰਨਾ ਕਿ ਬੰਦੇ ਨੂੰ ਛੱਡਣਾ ਕਿ ਨਹੀਂ ਕਰਨਾ, ਉਹਦੇ SSP ਨੇ ਕਰਨਾ, DC ਨੇ ਕਰਨਾ, ਫਿਰ ਜੇਲ੍ਹ ਸੁਪਰਡੈਂਟ ਨੇ ਕੰਡਕਟ ਦੇਣਾ ਕਿ ਇਹਦਾ ਕੰਡਕਟ ਗੁੱਡ ਹੈਗਾ ਕਿ ਨਹੀਂ ਹੈਗਾ, ਸਾਰਿਆਂ ਦੇ ਕੰਡਕਟ ਗੁੱਡ ਨੇ। ਅਤੇ ਜਦੋਂ ਰਿਪੋਰਟਸ ਸਾਰੀਆਂ ਪੋਜ਼ਿਟਿਵ ਹੋਣਗੀਆਂ ਅਤੇ HMA ਦਾ ਆਫਿਸ ਆ ਉਹ ਕਿੱਦਾਂ ਡਿਨਾਈ ਕਰ ਦੂਗਾ? ਸੋ ਇਹ ਸਾਰੀਆਂ ਗੱਲਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਇਕੱਲਾ ਹੋਮ ਮਿਨਿਸਟਰ ਨਹੀਂ ਕੁਛ ਵੀ ਕਰ ਸਕਦਾ, ਬਹੁਤ ਵੱਡਾ ਆਮਲਾ ਜਾਮਲਾ ਹੁੰਦਾ, ਬਹੁਤ ਵੱਡੀ ਐਡਮਿਨਿਸਟ੍ਰੇਸ਼ਨ ਆ, ਬਹੁਤ ਵੱਡੀ ਜਵਾਬਦੇਹੀ ਆ। ਜਿਹੜਾ ਆਫਿਸਰ ਗਲਤ ਰਿਪੋਰਟ ਕਰੂਗਾ ਉਹਦੀ ਉਹਨੂੰ ਉਹਦਾ ਜਵਾਬਦੇਹੀ ਹੋਣਾ ਪਊਗਾ, ਅਤੇ ਇਸ ਕਰਕੇ ਪ੍ਰਧਾਨ ਜਿਹੜਾ ਹੋਮ ਮਿਨਿਸਟਰ ਦਾ ਬਿਆਨ ਆ ਉਹਦੇ ਤੋਂ ਘਬਰਾਉਣਾ ਨਹੀਂ ਚਾਹੀਦਾ। ਅਸੀਂ ਬੜੀ ਦ੍ਰਿੜਤਾ ਨਾਲ, ਕਾਇਦੇ ਨਾਲ, ਕਾਨੂੰਨ ਦੇ ਨਾਲ ਬੰਦੀ ਸਿੰਘਾਂ ਨੂੰ ਬਾਹਰ ਕਢਾਵਾਂਗੇ। ਇੱਕ ਹੋਰ ਚੀਜ਼, ਇੱਥੇ ਅਸੀਂ ਜਦੋਂ ਸੰਗਤ ਦੇ ਨਾਲ ਗੱਲਬਾਤ ਕੀਤੀ ਆ ਤਾਂ ਸੰਗਤ ਦੇ ਵਿੱਚੋਂ ਇੱਕ ਭਾਈ ਸਾਹਿਬ ਦਾ ਕਹਿਣਾ ਸੀ ਕਿ 24 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ, ਵੀ ਸਾਨੂੰ ਉਮੀਦ ਹੈ ਵੀ 24 ਦੀਆਂ ਚੋਣਾਂ ਤੋਂ ਪਹਿਲਾਂ ਸਰਕਾਰ ਕੋਈ ਨਾ ਕੋਈ ਫੈਸਲਾ ਲਏਗੀ, ਕਿਉਂਕਿ ਸਿੱਧਾ ਅਸਰ ਉਸਦਾ ਵੋਟਾਂ 'ਤੇ ਪੈਣਾ। ਤੁਹਾਨੂੰ ਲੱਗਦਾ ਹੈ ਕਾਨੂੰਨੀ ਮਾਹਰ ਹੋਣ ਦੇ ਨਾਤੇ ਕਿ ਅਜਿਹਾ ਕੁਝ ਹੋ ਸਕਦਾ? ਦੇਖੋ, ਰਾਜਨੀਤਿਕ ਤੌਰ 'ਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੁੰਦੀਆਂ ਉਹ ਇੱਦਾਂ ਦੇ ਫਾਇਦੇ ਜ਼ਰੂਰ ਲੈਂਦੀਆਂ ਨੇ, ਜੇ ਉਹ ਲੈਂਦੀਆਂ ਨੇ ਅਨਕੰਡੀਸ਼ਨਲ ਲੈਂਦੀਆਂ ਅਤੇ ਉਹਦਾ ਜ਼ਰੂਰ ਬੰਦੀ ਸਿੰਘਾਂ ਨੂੰ ਫਾਇਦਾ ਹੋਏਗਾ, ਕਿਉਂਕਿ ਹਰੇਕ ਬੰਦੀ ਸਿੰਘ ਦੀ ਕੋਈ ਆਸ ਆ ਕਿ ਜੇ ਅਸੀਂ ਬਾਹਰ ਆਈਏ ਤਾਂ ਬਗੈਰ ਕਿਸੇ ਸ਼ਰਤ ਤੋਂ ਆਈਏ।
ਤੇ ਜੇ ਕੋਈ ਸ਼ਰਤ ਤੋਂ ਬਗੈਰ ਉਹਨਾਂ ਨੂੰ ਰਿਲੀਜ਼ ਕੀਤਾ ਜਾਂਦਾ ਹੈ ਤੇ ਬਹੁਤ ਵੱਡੀ ਪ੍ਰਾਪਤੀ ਮੋਰਚੇ ਨੂੰ ਮਿਲੀ। ਅੱਜ 1 ਸਾਲ ਮੋਰਚੇ ਦਾ ਪੂਰਾ ਹੋਇਆ, ਐਸਜੀਪੀਸੀ ਦੇ ਵੱਲੋਂ ਜਾਂ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਵੱਲੋਂ ਕੋਈ ਮੈਸੇਜ ਸੰਦੇਸ਼ ਜਿਹੜਾ ਉਹ ਮੋਰਚੇ ਲਈ ਆਇਆ? ਜਿਹੜੇ ਮੌਜੂਦਾ ਜਥੇਦਾਰ ਸਾਹਿਬ ਨੇ ਐਸਜੀਪੀਸੀ ਦੇ ਜਾਂ ਬਾਦਲਾਂ ਦੇ, ਉਹ ਤੇ ਜੇ ਬਾਦਲ ਹੁਕਮ ਕਰਨਗੇ ਤਾਂ ਹੀ ਦੇਣਗੇ। ਸਾਡੇ ਜਥੇਦਾਰ ਸਾਹਿਬ ਤੇ ਜਗਤਾਰ ਸਿੰਘ ਹਵਾਰਾ ਨੇ ਜਿਨ੍ਹਾਂ ਨੇ ਮੋਰਚਾ ਲਵਾਇਆ ਹੋਇਆ, ਤੇ ਸਾਨੂੰ ਉਹਨਾਂ ਦੀ ਮੈਸੇਜ ਦੀ ਕੋਈ ਖਾਸ ਜ਼ਰੂਰਤ ਨਹੀਂ ਹੈਗੀ। ਸਿੱਖ ਸੰਗਤ ਦੀ ਲੋੜ ਆ, ਸਿੱਖ ਸੰਗਤ ਸਾਡੇ ਨਾਲ ਆ। ਜਿਹੜੇ ਬਾਦਲਾਂ ਦੇ ਅਲਾਕਾਰ ਨੇ ਜਾਂ ਉਹਨਾਂ ਦੇ ਜਥੇਦਾਰ ਨੇ, ਉਹ ਉਹਨਾਂ ਨੂੰ ਜਾਣਨ। ਮਤਲਬ ਤੁਹਾਨੂੰ ਨਾ ਤਾਂ ਉਮੀਦ ਆ ਉਹਨਾਂ ਤੋਂ ਕੋਈ, ਨਾ ਤੁਸੀਂ ਉਹਨਾਂ ਦੀ ਸਾਥ ਦੀ ਲੋੜ ਰੱਖਦੇ ਹੋ? ਨਹੀਂ, ਸਾਥ ਦੀ ਲੋੜ ਤੇ ਹਰੇਕ ਸਿੱਖ ਨੂੰ ਏਕਤਾ ਚਾਹੀਦੀ ਆ, ਪਰ ਜਿਹੜਾ ਬੰਦਾ ਇੱਕ ਪਿੱਠੂ ਹੀ ਬਣ ਜਾਏ ਕਿ ਮੈਨੂੰ ਜੇ ਉਹ ਪਰਿਵਾਰ ਕਹੂਗਾ ਮੈਂ ਤਾਂ ਚੱਲੂਗਾ, ਤੇ ਫਿਰ ਅਸੀਂ ਉਹਨਾਂ ਤੋਂ ਕੀ ਉਮੀਦ ਕਰੀਏ? ਉਹਨਾਂ ਦਾ ਫਰਜ਼ ਬਣਦਾ, ਉਹਨਾਂ ਤੋਂ ਬਿਨਾਂ ਹੋ ਜਾਊਗਾ ਫਿਰ ਮੋਰਚਾ ਫਤਿਹ? ਸੰਗਤ ਜਿੱਥੇ ਹੋਏਗੀ ਉਹਨਾਂ ਦਾ ਫੈਸਲਾ ਜ਼ਰੂਰ ਉਹਨਾਂ ਦੇ ਹੱਕ 'ਚ ਜਾਏਗਾ। ਬਹੁਤ ਬਹੁਤ ਸ਼ੁਕਰੀਆ। ਤਾਂ ਇਹ ਸਨ ਸਾਡੇ ਨਾਲ ਐਡਵੋਕੇਟ ਦਿਲਸ਼ੇਰ ਸਿੰਘ, ਜਿਹੜੇ ਕੌਮੀ ਇਨਸਾਫ਼ ਮੋਰਚੇ ਦੀ ਪੈਰਵਾਈ ਜਿਹੜੀ ਅਦਾਲਤਾਂ ਦੇ ਵਿੱਚ ਕਰ ਰਹੇ ਨੇ। ਦੂਜੇ ਪਾਸੇ ਕੌਮੀ ਇਨਸਾਫ਼ ਮੋਰਚੇ ਦਾ ਹਰ ਪੱਖ ਜਿਹੜਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਰਿਪੋਰਟ ਦੇ ਵਿੱਚ, ਕਿ ਆਮ ਸੰਗਤ ਕੀ ਕਹਿ ਰਹੀ ਹੈ। ਮੋਹਾਲੀ ਚੰਡੀਗੜ੍ਹ ਤੋਂ ਵੀ ਸੰਗਤ ਜਿਹੜੀ ਇੱਥੇ ਆਉਂਦੀ ਆ ਉਹ ਕੀ ਕਹਿੰਦੀ ਹੈ ਮੋਰਚੇ ਨੂੰ ਲੈ ਕੇ, ਦੂਰ ਦੁਰਾਡੇ ਸੰਗਤ ਜਿਹੜੀ ਇੱਥੇ ਆ ਰਹੀ ਹੈ ਉਹ ਕੀ ਕਹਿੰਦੀ ਹੈ, ਤੇ ਅੱਜ 1 ਸਾਲ ਪੂਰਾ ਹੋਣ ਤੇ ਕਿਸ ਤਰੀਕੇ ਸਿੱਖ ਸੰਗਤ ਜਿਹੜੀ ਕੌਮੀ ਇਨਸਾਫ਼ ਮੋਰਚੇ ਦੇ ਵਿੱਚ ਪਹੁੰਚ ਕੇ ਸ਼ਮੂਲੀਅਤ ਕਰ ਰਹੀ ਹੈ, ਇਹ ਹਰ ਇੱਕ ਚੀਜ਼ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਸਟੇਜ ਦੇ ਉੱਤੋਂ ਇੱਕ ਵੱਡਾ ਐਲਾਨ ਜਿਹੜਾ ਉਹ ਵੀ ਆਉਣ ਵਾਲੇ ਸਮੇਂ ਦੇ ਲਈ ਕੀਤਾ ਜਾ ਸਕਦਾ ਹੈ ਕਿ ਕਿਸ ਤਰੀਕੇ ਕੌਮੀ ਇਨਸਾਫ਼ ਮੋਰਚੇ ਨੇ ਰਣਨੀਤੀ ਉਹ ਲਿਖਣੀ ਹੈ, ਤੇ ਫਿਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਕਾਰਾਂ ਤੋਂ ਡਿਮਾਂਡ ਕਰਨੀ ਹੈ, ਤੇ ਉਹ ਫੈਸਲਾ ਜਿਹੜਾ ਥੋੜੇ ਸਮੇਂ ਦੇ ਵਿੱਚ ਹੀ ਲੈ ਲਿਆ ਜਾਵੇਗਾ, ਤੇ ਉਹ ਵੀ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ ਕਿ ਫੈਸਲਾ ਕੀ ਲਿਆ ਜਾਂਦਾ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਧੰਨਵਾਦ। ਮੈਂ ਹਾਂ ਨਵਜੋਤ ਕੌਰ, ਮੇਰੇ ਨਾਲ ਕੈਮਰੇ 'ਤੇ ਨੇ ਮੇਰੇ ਸਹਿਯੋਗੀ ਹਰਵਿੰਦਰ ਸਿੰਘ।